ਜੇ ਰੁੱਸਦੇ ਹੋ ਤਾਂ ਰੁੱਸ ਜਾਓ ਮੇਰਾ ਕੀ ਵਿਗਾੜੋਗੇ, ਜੇ ਰੁੱਸਦੇ ਹੋ ਤਾਂ ਰੁੱਸ ਜਾਓ ਮੇਰਾ ਕੀ ਵਿਗਾੜੋਗੇ, ਹਾਂਡੀ ਵਾਂਗੂ ਉਬਲੋਗੇ ਤਾਂ ਆਪਣੇ ਹੀ ਕੰਢੇ ਸਾੜੋਗੇ, ਹਾਂਡੀ ਵਾਂਗੂ ਉਬਲੋਗੇ ਆਪਣੇ ਹੀ ਕੰਢੇ ਸਾੜੋਗੇ, ਇਹ ਠੁੱਡੇ ਤੁਹਾਡੇ ਤਦ ਤੱਕ ਠੀਕ ਨੇ ਜਦ ਤੱਕ ਮੈਂ ਗਰੀਬ ਹਾਂ, ਆ ਗਿਆ ਧਨ ਮੇਰੇ ਕੋਲ ਵੀ ਕਿਧਰੋਂ ਅਤੇ ਫਿਰ ਮੇਰੇ ਬੂਟ ਵੀ ਝਾੜੋਗੇ। ਜਵਾਨੀ ਚਾਰ ਦਿਨ ਕਹਿੰਦੇ ਗਧੇ 'ਤੇ ਵੀ ਆਉਂਦੀ ਹੈ, ਦੋ ਦੰਦ ਉੱਖੜ ਗਏ ਤਾਂ ਫਿਰ ਕਿਵੇਂ ਸ਼ੇਰ ਵਾਂਗੂ ਦੁਹਾੜੋਗੇ। ਹੁਣ ਹੈ ਲਲਚਿਆ ਹੋਇਆ ਤੁਹਾਨੂੰ ਤਾੜ ਦਾ ਸੁਥਰਾ, ਟਲੂ ਜੋ ਬਣ ਜਦ ਸੁਥਰੇ ਨੂੰ ਮੂੰਹ ਚੱਕ ਕੇ ਤਾੜੋਗੇ, ਟਲੂ ਜੋ ਬਣ ਜਦ ਸੁਥਰੇ ਨੂੰ ਮੂੰਹ ਚੱਕ ਕੇ ਤਾੜੋਗੇ। ਇਹ ਲਾਈਨਾਂ ਨੇ ਜੀ ਚਰਨ ਸਿੰਘ ਸ਼ਹੀਦ ਜਿਹੜੇ ਰਾਈਟਰ ਹੋਏ ਨੇ ਉਹਨਾਂ ਦੀ ਕਵਿਤਾ ਹੈਗੀ ਆ, ਗਜ਼ਲ ਟਾਈਪ ਗਜ਼ਲ ਹੀ ਹੈ, ਨਖਰੇ ਤੋੜੂ ਗਜ਼ਲ। ਨਖਰੇ ਮਤਲਬ ਜਿਹੜਾ ਕੋਈ ਬੰਦਾ ਬਾਹਲੇ ਕਰਦਾ, ਅਤੇ ਉਹਦੇ ਵਾਸਤੇ ਗਜ਼ਲ ਕਾਫੀ ਲੰਬੀ ਚੌੜੀ ਹੈ। ਮੈਂ ਚਾਰ ਕੁ ਲਾਈਨਾਂ ਵਿੱਚੋਂ ਕੱਢ ਕੇ ਲਿਆ, ਵੈਸੇ ਆਪਣੀ ਤਾਂ ਕੋਈ ਇਹੋ ਜਿਹਾ ਹੈ ਨਹੀਂ, ਕੋਈ ਨਖਰੇ ਕਰਨ ਵਾਲਾ ਨਾ ਤੁਸੀਂ ਅਤੇ ਨਾ ਮੈਂ, ਅਤੇ ਇਹਨਾਂ ਲਾਈਨਾਂ ਨਾਲ ਮੈਂ ਹਾਜ਼ਰ ਹਾਂ ਜੀ ਜਗਤਾਰ ਸਿੰਘ ਜੱਗੀ 'ਤੇ ਸਭ ਤੋਂ ਪਹਿਲਾਂ। ਜਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹੈ, ਅਤੇ ਨਾਲ ਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਕੱਲ੍ਹ ਦਾ ਪ੍ਰੋਗਰਾਮ ਵੈਸੇ ਉਹਦਾ ਠੀਕ ਰਿਹਾ, ਪਰ ਸੀਗਾ ਕੋਈ ਖਾਸ ਵਿਸ਼ਾ ਨਹੀਂ ਸੀ, ਪਰ ਫਿਰ ਵੀ ਕਾਲਾਂ ਤੁਹਾਡੀਆਂ ਬਹੁਤ ਸਾਰੀਆਂ ਪੈਂਡਿੰਗ ਪਈਆਂ ਸੀ ਜਦੋਂ ਮੈਂ ਪ੍ਰੋਗਰਾਮ ਬੰਦ ਕੀਤਾ। ਸੋ ਅੱਜ ਆਪਾਂ ਇੱਕ ਨਵੇਂ ਵਿਸ਼ੇ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ, ਅਤੇ ਵਿਸ਼ੇ ਤੋਂ ਪਹਿਲਾਂ ਅਗਰ ਗੱਲ ਕਰੀਏ ਤਾਂ ਹਾਲਾਤ ਜਿਹੜੇ ਨੇ ਤੁਹਾਨੂੰ ਪਤਾ ਹੀ ਹੈ, ਪੰਜਾਬ ਦੇ ਰਾਜਨੀਤੀ ਦੇ ਜੋ ਵੀ ਉੱਥੇ ਸਾਨੂੰ ਦੇਖਣ ਸੁਣਨ ਨੂੰ ਮਿਲਦਾ ਉਹ ਸਾਰਾ ਕੁਝ ਸਾਡੇ ਸਾਹਮਣੇ ਹੀ ਹੈ, ਉਹਦਾ ਕੋਈ ਹੱਲ ਨਹੀਂ ਹੈ। ਹਰ ਬੰਦਾ ਪੰਜਾਬ ਦੇ ਵਿੱਚੋਂ ਇਹ ਚਾਹੁੰਦਾ ਕਿ ਮੈਂ ਵੀ ਬਾਹਰਲੇ ਮੁਲਕ ਦੇ ਵਿੱਚ ਚਲ ਜਾਵਾਂ, ਇੰਡੀਆ ਦੇ ਵਿੱਚੋਂ ਹਰ ਬੰਦਾ ਚਾਹੁੰਦਾ ਮੈਂ ਵੀ ਬਾਹਰਲੇ ਮੁਲਕ 'ਚ ਕਿਸੇ ਨਾ ਕਿਸੇ ਤਰ੍ਹਾਂ ਚਲ ਜਾਵਾਂ। ਚਲੋ ਇਹ ਵਿਸ਼ੇ ਦੀ ਗੱਲ ਬਾਅਦ ਦੇ ਵਿੱਚ ਕਰਾਂਗੇ। ਪਹਿਲਾਂ ਫੇਸਬੁੱਕ ਡਾਕੀਆ ਆਇਆ ਅੱਜ ਲੈ ਕੇ ਕੁਝ ਫੋਟੋਆਂ ਅਤੇ ਕੁਝ ਵੀਡੀਓ, ਉਹਦਾ ਆਨੰਦ ਮਾਣਦੇ ਹਾਂ। ਕੋਸ਼ਿਸ਼ ਇਹ ਹੁੰਦੀ ਆ ਕਿ ਉਹਦੇ ਵਿੱਚੋਂ ਵੀ ਕੋਈ ਨਾ ਕੋਈ ਇਹ ਆਪਣਾ ਚੰਗਾ, ਚੰਗੀ ਤਾਂ ਕੀ ਖੈਰ ਹਾਸਾ ਮਖੌਲ ਥੋੜ੍ਹਾ ਬਹੁਤ ਨਿਕਲ ਆਵੇ, ਥੋੜ੍ਹਾ ਚਿਹਰੇ 'ਤੇ ਸਮਾਈਲ ਆ ਜਾਏ ਤਾਂ ਉਹ ਹੀ ਬਹੁਤ ਹੁੰਦਾ। ਫੋਟੋਆਂ ਵਾਲੇ ਪਾਸੇ ਪਹਿਲਾਂ ਚੱਲਦੇ ਹਾਂ ਜੀ। ਇਹ ਫੋਟੋ ਦੇਖ ਕੇ, ਜਿਹੜੀ ਫੋਟੋ ਤੁਸੀਂ ਪਹਿਲੀ ਦੇਖੋਗੇ, ਇਹ ਦੇਖ ਕੇ ਇੱਕਦਮ ਬੰਦੇ ਦੇ ਦਿਮਾਗ ਦੇ ਵਿੱਚ ਪ੍ਰਭਾਵ ਇਹ ਆਉਂਦਾ ਹੈ ਵੀ ਯਾਰ ਅੱਜ ਦੇ ਦਿਨ ਤਾਂ ਕਹਿੰਦੇ ਵੀ ਇਹ ਸ਼ੇਰ ਹੁੰਦਾ ਅਤੇ ਅੱਜ ਦੇ ਦਿਨ ਹੀ ਪੈਰੀ ਪਈ ਜਾਂਦਾ, ਅਤੇ ਇਹ ਕਾਰਨ ਕੀ ਹੈ? ਫੋਟੋ ਦੇ ਵਿੱਚ ਤੁਸੀਂ ਦੇਖ ਰਹੇ ਹੋਣੇ ਕਿ ਬੰਦਾ ਨਵਾਂ ਵਿਆਹ ਹੋ ਰਿਹਾ, ਵਿਆਹ ਵਾਲੇ ਦਿਨ ਮੁੰਡਾ ਕੁੜੀ ਦੇ ਪੈਰੀ ਪਿਆ, ਅਤੇ ਮੈਂ ਵੀ ਬੜਾ ਹੈਰਾਨ ਹੋਇਆ ਸੀ, ਭਾਈ ਸਾਰੀ ਉਮਰ ਇਹੀ ਕੰਮ ਕਰਨਾ ਅਤੇ ਹੁਣੇ ਕਾਹਨੂੰ ਇੱਦਾਂ ਕਰੀ ਜਾਂਦਾ, ਅਤੇ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਥੋੜ੍ਹਾ ਜ਼ਿਆਦਾ ਭਾਵੁਕ ਹੋ ਗਿਆ। ਇਹ ਸ਼ਾਇਦ ਕਿਸੇ ਨਿਰੰਕਾਰੀ ਜਿਹੜੇ ਮੰਨਦੇ ਨੇ ਉਹਨਾਂ ਨੂੰ, ਉਹਨਾਂ ਦੇ ਵਿਆਹ ਹੋਏਗਾ ਕਿਸੇ ਸਮੇਂ, ਤਾਂ ਉਹਨਾਂ ਦੇ ਵਿੱਚ ਇਹ ਮੰਨਿਆ ਜਾਂਦਾ ਕਿ ਸ਼ਾਇਦ ਇੱਕ ਦੂਜੇ ਦੇ ਪੈਰੀ ਹੱਥ ਲਾਉਂਦੇ ਨੇ ਸਾਰੇ ਹੀ, ਜਿੰਨੀ ਸੰਗਤ ਹੁੰਦੀ ਉਹ ਵੀ, ਅਤੇ ਪਰ ਇਹ ਪੈਰੀ ਹੱਥ ਲਾਉਂਦੇ ਨੇ। ਮੈਂ ਜਿਹੜਾ ਮੈਂ ਵੀ ਦੇਖਿਆ ਜਿੱਥੇ ਕਿਤੇ ਵਿਚਰਨ ਦਾ ਮੌਕਾ ਮਿਲਦਾ ਅਤੇ ਉਹ ਪੈਰੀ ਹੱਥ ਇੱਦਾਂ ਲਾਉਂਦੇ, ਮੈਂ ਹਲਕਾ ਜਿਵੇਂ ਗੋਡਿਆਂ ਤੱਕ ਵੀ ਹੱਥ ਨਹੀਂ ਜਾਂਦਾ ਹੁੰਦਾ, ਇੰਨੇ ਕੁ ਨਾਲ ਹੀ ਕੰਮ ਚੱਲ ਜਾਂਦਾ, ਇੱਕ ਉਹਨਾਂ ਨੇ ਦੇਣਾ ਹੁੰਦਾ ਵੀ ਅਸੀਂ ਆਹ ਪੈਰੀ ਹੱਥ ਲਾਇਆ। ਅਤੇ ਇਹ ਪਰ ਬੰਦਾ ਜਿਹੜਾ ਹੈਗਾ ਨਾ, ਇਹਨੂੰ ਤਾਂ ਕਿਹਾ ਹੋਣਾ ਵੀ ਪੈਰੀ ਹੱਥ ਲਗਾਓ ਦੋਨੋਂ ਇੱਕ ਦੂਜੇ ਦੇ, ਤਾਂ ਉਹ ਵਹੁਟੀ ਵੀ ਹੈਰਾਨ ਆ ਵੀ ਭਾਈ ਤੈਨੂੰ ਹੋ ਕੀ ਗਿਆ, ਤੂੰ ਤਾਂ ਅੱਜ ਹੀ ਪੈਰੀ ਪੈ ਗਿਆ ਤਾਂ ਕੱਲ੍ਹ ਨੂੰ ਕੀ ਕਰੇਗਾ। ਸੋ ਇਹ ਫੋਟੋ ਪਤਾ ਨਹੀਂ ਕਿੱਥੋਂ ਦੀ ਹੈ ਜਾਂ ਨਹੀਂ ਹੈ ਉੱਥੋਂ ਦੀ, ਪਰ ਮੈਨੂੰ ਇਹ ਲੱਗਿਆ ਵੀ ਜ਼ਰੂਰ, ਕਿਉਂਕਿ ਉਹਨਾਂ ਦੇ ਪਰੰਪਰਾ ਹੈਗੀ ਆ ਵੀ ਉੱਥੇ ਹੋਏਗੇ ਪੈਰੀ ਪੈਣ ਵਾਲੀ ਆਦਤ, ਅਤੇ ਉਹ ਹੈ ਵੀ ਪਹਿਲੇ ਦਿਨ ਪਾ ਤਾ, ਇਹ ਅਲੱਗ ਗੱਲ ਹੈ, ਵੈਸੇ ਤਾਂ ਸਾਰੀ ਉਮਰ ਸ਼ਾਇਦ ਇਹੀ ਕੰਮ ਹੁੰਦਾ। ਲਓ ਅਗਲੀ ਫੋਟੋ ਵੀ ਕਮਾਲ ਦੀ ਹੈ ਜੀ, ਸਾਨੂੰ ਭੇਜੀ ਕਿਸੇ ਨੇ। ਕਈਆਂ ਨੂੰ ਕਹਿੰਦੇ ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ, ਅਤੇ ਸ਼ੌਕ ਹਥਿਆਰਾਂ ਦੇ ਫਿਰ ਕਈਆਂ ਨੂੰ, ਲੇਡੀਜ਼ ਨੂੰ ਬੜਾ ਸ਼ੌਕ ਹੁੰਦਾ ਹਥਿਆਰਾਂ ਦਾ, ਪਰ ਉਹ ਹਥਿਆਰ ਰੱਖਦੀਆਂ ਨਹੀਂ ਜਾਂ ਰੱਖ ਨਹੀਂ ਸਕਦੀਆਂ ਵੀ ਤੁਸੀਂ ਕੀ ਕਰਨਾ, ਅਤੇ ਪਰ ਸ਼ੌਕ ਆਪਣਾ ਪੂਰਾ ਕਰ ਸਕਦੀਆਂ। ਕਿਵੇਂ ਕਰ ਸਕਦੀਆਂ? ਆ ਅਗਲੀ ਫੋਟੋ ਦੇ ਵਿੱਚ ਦੇਖੋ ਜੀ, ਇਹ ਲਿਪਸਟਿਕ ਪਿਸਤੌਲ ਹੈ, ਬਿਲਕੁਲ ਦੇਖਣ ਨੂੰ ਪਿਸਤੌਲ ਲੱਗਦਾ ਪਰ ਅਸਲ ਦੇ ਵਿੱਚ ਇਹ ਲਿਪਸਟਿਕ ਲਾਉਣ ਵਾਲਾ ਹੈਗਾ। ਇਹਦੇ ਵਿੱਚ ਲਿਪਸਟਿਕ ਵਸਾਓ, ਜਿਹੜਾ ਰੰਗ ਲਾਉਣਾ, ਅਤੇ ਪਿਸਤੌਲ ਐਂ ਪਹਿਲਾਂ ਅਗਲੇ ਵੱਲ ਨੂੰ ਕਰ ਦਿਓ, ਕਿਸੇ ਵੱਲ ਨੂੰ ਮੁੜ ਕੇ ਲਿਪਸਟਿਕ ਲਾ ਲਓ। ਇਹ ਵੀ ਕਮਾਲ ਦੀ ਫੋਟੋ ਬਣਾਈ ਹੈ, ਸ਼ਾਇਦ ਇਸ ਤਰ੍ਹਾਂ ਦਾ ਬਣਾਈ ਨਹੀਂ ਹੋਏਗੀ ਫੋਟੋ, ਇਸ ਤਰ੍ਹਾਂ ਦਾ ਮਾਰਕੀਟ ਦੇ ਵਿੱਚ ਵੀ ਹੋ ਸਕਦਾ, ਕਿਉਂਕਿ ਗਾਹਕਾਂ ਨੂੰ ਭਰਮਾਉਣ ਵਾਸਤੇ, ਆਪਦੇ ਸਕੰਜੇ ਦੇ ਵਿੱਚ ਫਸਾਉਣ ਵਾਸਤੇ ਕੰਪਨੀਆਂ ਬੜਾ ਕੁਛ ਕਰਦੀਆਂ ਨੇ, ਔਰ ਕੰਪਨੀਆਂ ਜਿਹੜੀਆਂ ਐਸਾ ਕੁਛ ਕਰਦੀਆਂ ਨੇ, ਅਤੇ ਹੋ ਸਕਦਾ ਇਹ ਵੀ ਫੋਟੋ ਜਿਹੜੀ ਹੈ ਇਹ ਸਹੀ ਹੀ ਹੋਵੇ, ਲਿਪਸਟਿਕ ਪਿਸਤੌਲ।
अगली फोटो वाल चलते हैं। इंडिया के अक्सर आप देखिया वक्रिया चीज़ा होंदिया रहा और मैं उन टाइटल दिता सी इट हैपन ऑन इन इंडिया, पर इन्ना कुछ वक्रा होजू ये नहीं देखण दी कि गल समझ नहीं आई। जिन्हों लोगों ने कुतुब मीनार नहीं देखिया उत्थे जा के देखना चाहते हुण दिल्ली दे विच नहीं देखिया तो वह सड़कों पर चलता कुतुब मीनार देख सकते हैं। अगली फोटो के सड़कों पर चलता कुतुब मीनार हैगा, देखो यहोजियां अक्सर चीज़ा ट्रक उस तह तक आपां नूं भरिया हुआ मिलता। पहले तो बसा भी जड़िया है वह भी तह तक उपर तक लदियां होंदियां सी, तो उपरों एक दो यही पता लगता सी टाणे च वज के तो थले डिग पए तो मुड़ के अगली बस के वापस आए हैं। पर भारत के सारा कुछ जायज़ है, भारत के कुछ भी जायज़ आ, कुछ भी सब कुछ कहिंदे जायज़ ही जायज़ है। इत्थे वाले लोगों नूं जे फोटोआं दिखाओ तो अगले हैरान होंदे होणगे वी दिमाग खराब है तुहाडा, इन्हां नूं अलाउ कौन करता है इदा करना, जिहड़े उत्थे सड़कां ते सारा कुछ तुरे फिरदे आपां देखदे माहौल वी, इन्हां नूं अलाउ कौन करता है? पर उत्थे अलाउ करन दी लोड़ नहीं, उत्थे आपे ही अलाउ है सारा कुछ। हाँ जी, लो जी अगली चीज़, आप अक्सर तारा ते कपड़े सुकने पाए देखे आ, कपड़े सुकने पाने तारा ते सुकाउण वास्ते, पर आ मंजा किहने पाया होया तारा ते सुकने? बड़ी कमाल दी फोटो है, खिची खिचण वाले ने मंजा तह तारा दे वी टंगिया होया, तो फिर जे ध्यान नाल देखो समझो तो ये हो सकदा इहदा कारण वी मंजे पिछले हुण दिनी नेरी बड़ी चली पंजाब दे विच, भारत में जो इन्नी नेरी चली है उन्हें तो मंजिया की गल छो छत्ता उखाड़ती घर दियाँ, बहुत सारे घर देखने मिली चीज़ा भी सारा कुछ ही उड़ गया। सो ये भी फोटो लगती है जी कि मंजे नहीं किसी ने सुकने नहीं पाया, जा कोई मंजा ये हो सकता भी छत तो थले लाउण लगा हो तारा च फस गया हो, पर यह हवा ने ही उड़ा के वावरोले जोड़े आते ने उ मैं लगता तो उड़ा के लै गई। फोटो वाले पास चलते हैं जी, फोटो के ना सॉरी वीडियो वाले पास, छोटी जी वीडियो है एक दो उस बाद फिर विषय वाले पास चलेंगे। पहली वीडियो दे विच मोदी साहब भाषण दे रहे हैं कि पेट्रोल के दाम कम हुए कि नहीं हुए, तो लोग अगों की जवाब देंगे ने उदा की रिएक्शन देंगे ने ये तुसी इस वीडियो दे विच आप देख लो। मुझे बताइए पेट्रोल के दाम कम हुए कि नहीं हुए? ऐसे नहीं, पूरी ताकत से बताइए पेट्रोल के दाम कम हुए कि नहीं हुए? मुझे बताइए पेट्रोल के दाम कम हुए कि नहीं हुए? ऐसे नहीं, पूरी ताकत से बताइए पेट्रोल के दाम कम हुए कि नहीं हुए? हुण जे इस मोटरसाइकिल वाले भाई नूं पुछोगे भी पेट्रोल के रेट कम हुए कि नहीं हुए, इन्हें तो कहना जी पेट्रोल का रेट है ही कोई नहीं, पेट्रोल मचना ही नहीं यदा कोई, तो उन्होंने रेट रेट का की फर्क है? यह हूँ गधे ने पूछ के देखना पैना भी भाई तेरा की हाल है, पूछ तेरी ठीक ठाक है कि जब मुड़ के डॉक्टर को जाना पाया जी, डॉक्टर साहब मेरी पूछ को चेक कीजिए एक व्यक्ति ने खींची थी। सो एक वीडियो वक्री तरह की मतलब कि किसी ने वीडियो मिल गई होनी है उपर आह मोदी साहब का भाषण लाता। अगली वीडियो भी गधे नाल ही संबंधित हैगी है, गधे वैसे कह दें आप गधा किसी किसी अकल घट हो कहना हो तो गधा ही हाँ, हालांकि इस गल का गधे ने भी नहीं पता होना भी लोग मेरे नाँ से गाला देंगे ने एक दूजे, पर गधा जिन्ना मेहनती अपन पता भी देखो कुछ नहीं बोलता, चुप करके खड़ा जिन्नी मर्जी इट्टा लद उत्ते, पर इट्टा तक तो ठीक है। जे अगली वीडियो जी है वो जे भाई साहब कुछ कर रहे हैं वो तो खैर इट्टा तो भी उपर है, गधे के उपर बहन की कोशिश कर रहा बंदा तो वह हाल हों तुम आप ही देख लो, सुखा ही नाल ऑडियो चलती रहन दे थोड़ी थोड़ी जी। ये मतलब गधा जिहड़ा असीं अक्सर देखिया जी, गधा एक पढ़िया लिखिया गधा भी देखिया सी मैं पाकिस्तान की किसी ने वीडियो भेजी सी, उहदे च उह गिणती करदा उहनूं कहिंदा वी बोल चार तो वह चार वारी हिणकदा, उहनूं कहिंदा तीन तो तीन वारी हिणकदा, तो पर आ भाई साहब जिहड़ा मोटा हुण उहनूं गधे नूं इह नहीं समझ आउंदी, पहलां गधे ने कुछ नहीं किया, उहने कहा वी चल भरावा ट्राई करके देख ला जे तेरे कोल बह हुंदा बह जा ते नहीं तो फिर अपना हिसाब किताब देख ला, तो पर कित्थे बह हुंदा उह इहो जिहे मोटे बंदे तो हुण उदू बाद गधे ने कहा होना भी तू तो नहीं मेरे ते बैठ के देख बैठ सकिया, घट्टो घट मैनू एक बार अपने उपर बैठ के देख लेंदे तेन तो कोई फर्क नहीं पैना।
ਇਹੋ ਜਿਹੇ ਬੰਦੇ ਵੀ ਸਾਡੇ ਹੈਗੇ, ਪਰ ਇਹੋ ਜਿਹੇ ਕਰਦੇ ਕਿਉਂ ਪਤਾ ਨਹੀਂ, ਇਹ ਨਹੀਂ ਸਮਝ ਆਉਂਦੀ ਵੀ ਗਧੇ ਨੂੰ ਤੁਸੀਂ ਵਿਚਾਰੇ ਨੂੰ ਚੰਗਾ ਭਲਾ ਜਾਨਵਰ ਹੈਗਾ ਅਤੇ ਉਹਨੂੰ ਕਿਉਂ ਤੰਗ ਕਰਦੇ ਤੁਸੀਂ? ਕੁਛ ਨਹੀਂ, ਹਾਲਾਂਕਿ ਜੇ ਦਲੱਤੀ ਉਹਦੀ ਮਾਰੀ ਹੋਵੇ ਨਾ ਇਹੋ ਜਿਹੇ ਮੋਟੇ ਬੰਦੇ ਦੇ, ਅਤੇ ਮੋਟੇ ਬੰਦੇ ਦੀ ਸਪੀਡ ਵੀ ਐਨ ਪੂਰੀ ਬਣ ਜਾਣੀ ਹੈ ਹੋਂਡਾ ਵਰਗੀ। ਚਲੋ ਖੈਰ, ਇਹ ਵੀਡੀਓ ਜਿਹੜੀਆਂ ਇਸ ਤਰ੍ਹਾਂ ਦੀਆਂ ਸਾਨੂੰ ਭੇਜਦੇ ਰਹਿੰਦੇ ਹੋ ਅਤੇ ਤੁਸੀਂ ਦੇਖਦੇ ਹੋ, ਪਸੰਦ ਵੀ ਕਰਦੇ ਹੋ। ਗਧੇ ਵਾਲੀਆਂ ਵੀਡੀਓ ਦੋ ਤਾਂ ਹੋ ਗਈਆਂ, ਪਰ ਹੁਣ ਅੱਜ ਗਧੇ ਦੀ ਗੱਲ ਛੱਡੀਏ, ਜਾਨਵਰਾਂ ਵਾਲਾ ਹੀ ਕੰਮ ਕਰ ਹੈਗਾ ਸਾਰਾ। ਔਰ ਜਾਨਵਰਾਂ ਦੇ ਵਿੱਚ ਵੀ ਜਿਹੜਾ ਕਾਫੀ ਜਾਨਵਰ ਜਿਹੜੇ ਹੈਗੇ ਨੇ ਚੰਗੇ ਹੁੰਦੇ ਨੇ। ਇੱਕ ਵਾਰ ਮੈਂ ਵੀਡੀਓ ਦਿਖਾਈ ਸੀ, ਉਹ ਦੋ ਤਿੰਨ ਵਾਰੀ ਸਾਡੇ ਦਰਸ਼ਕਾਂ ਨੇ ਸਿਫਾਰਿਸ਼ ਕਰਕੇ ਵੀ ਉਹ ਦਿਖਾਇਆ, ਕਿਹਾ ਸੀ ਦਿਖਾਓ। ਉਹ ਇੱਕ ਸਾਊਥ ਅਫਰੀਕਾ ਦੇ ਜੰਗਲਾਂ ਦੀ ਸੀ, ਜਿਹੜੇ ਜੰਗਲ ਦੇ ਵਿੱਚ ਉਹ ਦਰੱਖਤਾਂ ਨੂੰ ਕੋਈ ਲੱਗਦੇ ਨੇ ਫਲ, ਜਿਹੜੇ ਪਦਾਰਥ ਲੱਗਦੇ ਉਹ ਨਸ਼ੀਲੇ ਸੀ ਅਤੇ ਉਹ ਖਾ ਪੀ ਕੇ ਅਤੇ ਉਹ ਜਿਹੜੇ ਜਾਨਵਰ ਸੀ ਉੱਥੋਂ ਦੇ ਉਹ ਝੂਲਦੇ ਫਿਰਦੇ, ਅਤੇ ਉੱਤੇ ਕਿਸੇ ਨੇ ਗਾਣਾ ਲਾਤਾ ਸੀਗਾ, ਸਾਨੂੰ ਭੇਜਿਆ ਸੀਗਾ ਲਾ ਕੇ, ਮੁਝੇ ਦੁਨੀਆ ਵਾਲੋ ਸ਼ਰਾਬੀ ਨਾ ਸਮਝੋ ਮੈਂ ਪੀਤਾ ਨਹੀਂ ਹੂੰ, ਪਿਲਾਈ ਗਈ ਹੈ। ਬੜੀ ਫਨੀ ਵੀਡੀਓ ਬਣੀ ਸੀ। ਲਵਾਂਗੇ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੋਵਾਂਗੇ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਹਾਜ਼ਰ ਹਾਂ ਜੀ, ਮੈਂ ਜਗਤਾਰ ਸਿੰਘ ਜੱਗੀ, ਅਤੇ ਪ੍ਰੋਗਰਾਮ ਲੈ ਕੇ ਅੱਜ ਦਾ ਸ਼ੁੱਕਰਵਾਰ ਦਾ ਪ੍ਰੋਗਰਾਮ ਹੈ, ਪਿੰਡਾਂ ਦੀਆਂ ਯਾਦਾਂ ਤਾਜ਼ਾ ਕਰੀਆਂ, ਪਰ ਅੱਜ ਥੋੜ੍ਹਾ ਜਿਹਾ ਵੱਖਰੀ ਤਰ੍ਹਾਂ ਦਾ ਪ੍ਰੋਗਰਾਮ ਪੇਸ਼ ਕਰਨਾ ਚਾਹੁੰਦਾ। ਬਾਹਰਲੇ ਮੁਲਕਾਂ ਦੀ ਆਪਾਂ ਗੱਲ ਕਰੀ ਦੀ ਹੈ, ਬਾਹਰਲੇ ਮੁਲਕਾਂ ਦੇ ਵਿੱਚ ਆਪਾਂ ਬੈਠੇ ਹਾਂ, ਅਤੇ ਇਹ ਵੀ ਹਮੇਸ਼ਾ ਗੱਲ ਕਰੀ ਦੀ ਹੈ ਕਿ ਅਸੀਂ ਕਰਮਾਂ ਵਾਲੇ ਹਾਂ ਜਿਹੜਾ ਇਧਰਲੇ ਮੁਲਕਾਂ ਦੇ ਵਿੱਚ ਬੈਠੇ ਹਾਂ। ਕਾਰਨ ਕੁਛ ਇੱਕ ਲੋਕਾਂ ਨੂੰ ਛੱਡ ਕੇ, ਕੁਛ ਇੱਕ ਲੋਕ ਜਿਹੜੇ ਹੈਗੇ ਨੇ ਬਜ਼ੁਰਗ ਸਾਡੇ ਖਾਸ ਤੌਰ 'ਤੇ, ਉਹ ਹਜੇ ਸੋਚਦੇ ਨੇ ਕਿ ਵੀ ਨਹੀਂ ਇਧਰਲੇ ਮੁਲਕਾਂ ਦੇ ਵਿੱਚ ਨਹੀਂ, ਉਧਰਲੇ ਮੁਲਕ ਹੀ ਠੀਕ ਹੈ, ਵੀ ਉਧਰਲੇ ਮੁਲਕਾਂ ਦੇ ਵਿੱਚ ਸਾਡੀ ਜ਼ਿਆਦਾ ਪੁੱਛਗਿੱਛ ਹੈਗੀ ਜਾਂ ਕੁਛ ਕਹਿ ਲਓ। ਪਰ ਅੱਜ ਜਿਹੜੀ ਆਪਾਂ ਗੱਲ ਕਰੀ ਥੋੜ੍ਹਾ ਵੱਖਰਾ, ਬਾਹਰਲੇ ਮੁਲਕਾਂ ਦਾ ਕਰੇਜ਼ ਤਾਂ ਸ਼ੁਰੂ ਤੋਂ ਮੇਰੇ ਖਿਆਲ ਘੱਟ ਹੋਏਗਾ ਪਿੰਡਾਂ ਦੇ ਵਿੱਚ। ਇਹ ਤੁਸੀਂ ਹੁਣ ਦੱਸੋ, ਸਾਡੇ ਜਿੰਨੇ ਵੀ ਪੁਰਾਣੇ ਕਾਦਰ ਹੈਗੇ ਨੇ ਜਾਂ ਪਹਿਲਾਂ ਤੋਂ ਇਧਰਲੇ ਮੁਲਕਾਂ ਦੇ ਵਿੱਚ ਆਏ ਹੋਏ ਨੇ, ਉਹਨਾਂ ਦੇ ਆਉਣ ਤੋਂ ਪਹਿਲਾਂ ਦਾ ਕੀ ਮਾਹੌਲ ਸੀਗਾ ਪਿੰਡਾਂ ਦੇ ਵਿੱਚ? ਪਰ ਜਦੋਂ ਅਸੀਂ ਪਿੰਡ ਹੁੰਦੇ ਸੀ, ਨਿੱਕੇ ਨਿੱਕੇ ਹੁੰਦੇ ਸੀਗੇ ਜਾਂ ਨਿੱਕੇ ਨਿੱਕੇ ਕਹਿ ਲਓ, ਵੱਡੇ ਵੀ ਜਦੋਂ ਹੋ ਗਏ ਸੀ ਸੁੱਖ ਨਾਲ, ਚੰਡੀਗੜ੍ਹ ਵੀ ਆ ਗਏ ਸੀਗੇ, ਕੰਮੀਕਾਰੀ ਵੀ ਲੱਗ ਗਏ ਸੀਗੇ, ਅਤੇ ਉਦੋਂ ਕਦੇ ਸੋਚਿਆ ਨਹੀਂ ਸੀ ਵੀ ਇਸ ਤਰ੍ਹਾਂ ਬਾਹਰਲੇ ਮੁਲਕਾਂ ਦੇ ਵਿੱਚ ਜਾਣ ਦਾ ਵੀ ਸਬੱਬ ਬਣੇਗਾ। ਕਿਉਂਕਿ ਇੱਧਰਲੇ ਮੁਲਕਾਂ ਦੀ ਗੱਲ ਕਰੀਏ ਤਾਂ ਸਾਡੇ ਰਿਸ਼ਤੇਦਾਰਾਂ ਦੇ ਵਿੱਚੋਂ ਇੱਧਰਲੇ ਮੁਲਕਾਂ ਦੇ ਵਿੱਚ ਕੋਈ ਨਹੀਂ ਸੀ ਜਿਹੜਾ ਬੁਲਾ ਸਕੇ ਜਾਂ ਕੁਛ ਕਰ ਸਕੇ। ਪਰ ਪਿੰਡ ਜਦੋਂ ਹੁੰਦੇ ਸੀ, ਸਾਡੇ ਪਿੰਡੋਂ ਦੋ ਘਰ ਹੁੰਦੇ ਸੀ, ਉਹਨਾਂ ਦੇ ਪਰਿਵਾਰ ਜਿਹੜੇ ਬਾਹਰ ਸੀਗੇ, ਕੋਈ ਚਾਚਾ ਤਾਇਆ ਸਾਡੇ ਨਾਲ ਮੁੰਡੇ ਪੜ੍ਹਦੇ ਸੀ ਜਿਹੜੇ, ਕਿਸੇ ਦੇ ਚਾਚਾ ਤਾਇਆ ਕੋਈ ਬਾਹਰ ਸੀਗੇ, ਅਤੇ ਬੜੀ ਹੈਰਾਨੀ ਹੋਣੀ ਜਦੋਂ ਉਹਨਾਂ ਨੇ ਗੇਟ ਵੱਡਾ ਲਵਾ ਲੈਣਾ, ਬਾਹਰੋਂ ਪੈਸੇ ਆ ਗਏ ਅਤੇ ਗੇਟ ਵੱਡਾ ਲਵਾ ਘਰ ਦੇ ਬਾਹਰ, ਅਤੇ ਉੱਪਰ ਨਾਲ ਲਿਖ ਕੇ ਨਾਮ ਕਰਮ ਸਿੰਘ ਵਲੈਤੀਆ, ਵਲੈਤੀਆ ਲਿਖਿਆ ਹੋਣਾ ਜਦੋਂ ਸਾਡੇ ਘਰ ਦੇ ਕੋਲੇ ਹੀ ਘਰ ਸੀ, ਤਾਂ ਮੈਂ ਕਿਹਾ ਲੈ ਵੀ ਆ ਵਲੈਤੀਆ ਕੀ ਹੁੰਦੇ ਵਲੈਤੀਆ ਯਾਰ, ਕੀ ਵਲੈਤ ਦੇ ਵਿੱਚ ਹੈਗਾ ਜਿਹੜਾ ਇੰਨਾ ਲੋਕ ਇੰਨਾ ਮਤਲਬ ਇਹ ਤੜੀ ਪਿੰਡ ਦੇ ਵਿੱਚ ਮਚਾਉਂਦੇ ਨੇ ਵੀ ਵਲੈਤੀਏ ਅਸੀਂ ਵਲੈਤੀਏ ਹਾਂ ਘਰ ਦੇ ਉੱਪਰ ਵੀ, ਮਤਲਬ ਸਾਰਾ ਬਹੁਤ ਕਾਫੀ ਪੁਰਾਣੀ ਗੱਲ, ਜਦੋਂ ਮੈਂ ਗੱਲ ਕਰਦੇ ਜਦੋਂ ਮਤਲਬ 17 ਦੇ ਨੇੜੇ ਤੇੜੇ, 75 80 ਦੇ ਨੇੜੇ ਤੇੜੇ ਜਦੋਂ ਪਿੰਡ ਸੀਗੇ, 1975 ਦੇ 80 ਦੀ ਗੱਲ, ਅਤੇ ਉਹ ਬੜਾ ਹੈਰਾਨ ਹੋਣਾ ਸੀ ਵਲੈਤੀਏ ਕੀ ਹੁੰਦੇ ਆ, ਵਲੈਤੀਏ ਕੀ ਹੁੰਦੇ ਆ, ਹੌਲੀ ਹੌਲੀ ਵਾਹ ਵਾਸਤਾ ਪਿਆ ਤਾਂ ਪਤਾ ਲੱਗਾ ਵੀ ਭਾਈ ਵਲੈਤੀਏ ਕੀ ਹੁੰਦੇ ਆ। ਫਿਰ ਵਲੈਤੀਏ ਜਦੋਂ ਆਉਣਾ ਜਾਣਾ ਜ਼ਿਆਦਾ ਸ਼ੁਰੂ ਹੋ ਗਿਆ, ਪਹਿਲਾਂ ਸਿਰਫ ਦੁਆਬੇ ਤੱਕ ਸੀਮਤ ਸੀਗਾ, ਦੁਆਬੇ ਦੇ ਵਿੱਚੋਂ ਲੋਕ ਬਹੁਤ ਸਾਰੇ ਪਹਿਲਾਂ ਆਉਣੇ ਸ਼ੁਰੂ ਹੋਏ ਸਾਊਥ ਅਫਰੀਕਾ ਦੇ ਵਿੱਚ, ਸ਼ਾਇਦ ਪੂਰੀ ਹਿਸਟਰੀ ਤੁਸੀਂ ਦੱਸ ਦਿਓ, ਸਾਊਥ ਅਫਰੀਕਾ ਸ਼ੁਰੂ ਹੋ ਕੇ ਮੁੜ ਕੇ ਇੰਗਲੈਂਡ ਦੇ ਵਿੱਚ, ਅਤੇ ਸ਼ਾਇਦ ਫਿਰ ਉਦੋਂ ਬਾਅਦ ਅਮੈਰੀਕਾ ਅਤੇ ਕਨੇਡਾ, ਅਤੇ ਉਸ ਤੋਂ ਬਾਅਦ ਹੁਣ ਰੀਸੈਂਟਲੀ ਗੱਲ ਕਰੀਏ ਤਾਂ ਸਾਡੇ ਲੋਕ ਜਿਹੜੇ ਹੈਗੇ ਨੇ ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਹੋਰ ਬਹੁਤ ਸਾਰੇ ਮੁਲਕਾਂ 'ਚ ਜਾਂਦੇ ਨੇ, ਪਰ ਮੇਨ ਆਹ 4-5 ਮੁਲਕ ਹੈਗੇ ਨੇ ਜਿੱਥੇ ਜ਼ਿਆਦਾ ਪੰਜਾਬੀ ਹੈਗੇ ਨੇ। ਇੱਧਰ ਆਉਣਾ ਥੋੜ੍ਹਾ ਸੌਖਾ ਹੋਇਆ ਤਾਂ ਸਾਰੇ ਆ ਗਏ, ਅਤੇ ਮਾਲਵੇ ਦੀ ਗੱਲ ਕਰੀਏ ਤਾਂ ਮਾਲਵੇ ਦੇ ਵਿੱਚ ਨਹੀਂ ਬਾਹਲਾ ਲੋਕਾਂ ਨੂੰ ਬਾਹਰ ਦਾ ਨਾ ਪਤਾ ਹੀ ਸੀ, ਨਾ ਕਰੇਜ਼ ਹੀ ਸੀ, ਅਤੇ ਨਾ ਉਨੀ ਸੋਝੀ ਸੀਗੀ, ਜ਼ਮੀਨ ਵੀ ਉਹਨਾਂ ਦੀ 100-100 ਏਕੜ ਜ਼ਮੀਨ ਹੋਣੀ ਕਿਸੇ ਦੀ ਘਰ ਦੀ, ਅਤੇ ਪਰ ਲਿਵਿੰਗ ਸਟੈਂਡਰਡ ਜਿਹੜਾ ਉਹ ਐਂ ਹੀ ਹੋਣਾ ਵੀ ਚਲੋ ਕੱਦੂਆਂ ਦੇ ਵਿੱਚ ਵੀ ਤਰੀ ਪਾ ਲੈਣੀ, ਬਤਾਊਆਂ ਦੇ ਵਿੱਚ ਵੀ ਤਰੀ ਪਾ ਲੈਣੀ, ਘਰ ਵੀ ਰਹਿਣ ਸਹਿਣ ਦਾ ਢੰਗ ਦੇਖੋ ਤਾਂ ਇੰਨਾ ਵਧੀਆ ਨਹੀਂ ਹੁੰਦਾ ਸੀ। ਪਾਸਪੋਰਟ ਬਣਾਉਣ ਬਾਰੇ ਨਹੀਂ ਸੀ ਸੋਚਿਆ ਕਦੇ ਮਾਲਵੇ ਦੇ ਬਾਹਲੇ ਲੋਕਾਂ ਨੇ, ਪਤਾ ਹੀ ਨਹੀਂ ਹੁੰਦਾ ਸੀ ਪਾਸਪੋਰਟ ਹੁੰਦਾ ਕੀ ਆ। ਅਸੀਂ ਕੈਸਟ ਦੇ ਵਿੱਚ ਪਾਏ, ਭਾਣ ਕੇ ਮੰਗੇ ਨੂੰ ਪੁੱਛਿਆ ਵੀ ਤੇਰੇ ਕੋਲ ਪਾਸਪੋਰਟ ਹੈਗਾ, ਕਹਿੰਦਾ ਨਹੀਂ ਮੈਂ ਤਾਂ ਐਂ ਸਕੂਟਰ ਚਲਾਈ ਫਿਰਦਾ, ਉਹਦੇ ਬਾਅਦ ਲਾਇਸੈਂਸ ਹੀ ਆ ਇਹ ਪਾਸਪੋਰਟ। ਸੋ ਪਾਸਪੋਰਟ ਦਾ ਬਾਹਲੇ ਲੋਕਾਂ ਨੂੰ ਨਹੀਂ ਸੀ ਪਤਾ ਕੀ ਹੁੰਦਾ, ਅਤੇ ਅੱਜ ਪਾਸਪੋਰਟ ਦੀ ਗੱਲ ਛੱਡੋ, ਅੱਜ ਬਾਹਰਲੇ ਮੁਲਕਾਂ ਦਾ ਪਤਾ ਸਭ ਨੂੰ ਤਕਰੀਬਨ ਮੋਸਟਲੀ ਘਰਾਂ ਦੇ ਵਿੱਚੋਂ, ਜੇ ਕੋਈ ਬੰਦਾ ਬਾਹਰ ਰਹਿੰਦਾ ਨਹੀਂ ਤਾਂ ਬਾਹਰ ਆਇਆ ਗਿਆ ਜ਼ਰੂਰ ਆ। ਇਸ ਕਰਕੇ ਜ਼ਮੀਨ ਅਸਮਾਨ ਦਾ ਫਰਕ ਪੈ ਗਿਆ।
मैं अज का विषय जो रखना इस करके रखना कि एक तो इंडिया तो जो आने तो हवाई अड्डिया भीड़ जी है वो तड़ातड़ हैगी दूजा मैनू रोज़ जो कि इंडिया किसी ने भी गल करिए फोन करिए किसी रिश्तेदार पता शता लैन ली तो या किसी यार दोस्त फोन करते हैं तो पहला जो फोन करते तो पहला तो यही पहल की काफ़ी गल पाँच सत साल पहल की गल कर दस साल पहल की गल जो कोई लोग आए हैं उन्होंने कोई फोन करता से तो वह कोई मंग रखते होंगे सी डिमांड भी भाई आता है मेरे लिए बूट लैं फिर बाद फोन आ गए तो फोन लैं कोई कुछ लैं कोई लेडीज कहने कहना मेरे लिए वाल सीधे करने वाला लैं तो फलाना तो धमकड़ा इदा दिया मंगा होंदिया सगिया उधरले मुल्क तो हूँ जो किसी फोन करते हैं तुसी भी फोन करते हो गए तुहानू भी फोन आते हो गए इंडिया चो जो पाकिस्तान के कोई दोस्त मित्र है प्रोग्राम देखते पाकिस्तान तो भी फोन आते हो गए किसी करते हो गए तो उन्होंने एको ही सवाल होंगे भाई इधर का जुगाड़ हो सकता कोई इतों तक बड़े वेल सैटल्ड लोग जोड़े ने पुछते ने भी एजेंटा के कोले जाते हैं भी साडा इधर इधरला बहरला जुगाड़ किवें हो सकता तो बहुत सारे लोगों ने अज ही अज सवेरे कल सवेरे किसी ने गल चलती सी उत्थे तो जो उन्हें भी आही गल कही चंगा पैसा पूसा व्याज से पैसा दिता उदा तो मुंडे इलैक्ट्रीशियन आह काम करते हैं जहाँ इलैक्ट्रॉनिक का होंगे दुकान दुकून पाई हुई है उन्हें भी कहा कहिंदा वी जग्गी भाजी दो मुंडे एक अद्धा बाहर ही कढ़ दिओ मैं कहा बाहर मैं आपदे घरों कढ़ना होवे तो कढ़ दिओ बाहर चल करो बाहर चल तो बाहर इधरले मुल्कां च कढ़ना इन्ना सौखा थोड़ी है तो मैं कारण की तू तो चंगे भले पैसे पूए व्याज से देना व्याज तेनूं वाहवा आउंदा तो तू फिर भी कहिंदा नहीं जी इधर कुछ नहीं बहुत औखा होया पै काम बहुत औखा ईवन एक होर बंदे नाल किसे नाल गल होई तो भी कोई दसो जी एजेंट सानू जिहड़ा बाहरले मुल्कां च लै जाए तो पैसे पूसे की भी कहिंदा मैं हुण घर लैण वास्ते पैसे जोड़े हुए हैगे सीगे 20-25 लख ते ओह इधर ला देंगे भी चल इधर पहुँच के भी इधरों लै जाएंगे तो मैं क्या भी चल तू इधर किसी एजेंट नूं दे के 20-25 लख 30 लख जिन्ना भी 50 लख हैगा बाद च अद्धे बाद च वादा करेगा तू इधर आ गया भाई तो विआह नूं मैं किन्ने देर किन्नी देर होई आ कहिंदा भी 5 साल होए आ जवाक किड्डा कहे भी 3 साल का मुंडा तो 1 साल की कुड़ी है तो मैं क्या भी ठीक है चल तू 25 लख दे के 30 लख दे के किस तरह इधर आ गया तो बाकी परिवार तो रह गया उधर ही उन्होंने कौन वाली वारस है ठीक है तू पैसे भेज देगा वो कहिंदा जी की करिए हालात ही इदा दे भी उधरले पासे ध्यान ही नहीं जाता भी बाकी परिवार का साढ़े की हल होगा इदा के फोन तुहानू भी बहुत आते होने बई करो जी उधरला कुछ आप तुम बैठे हो पहला जो कही होंगे भी इधर भाई कुछ नहीं है बहुत मेहनत करनी पैंती अगला कहता अच्छा साढ़े वारी कुछ नहीं है आप तुम बैठे हो तो जो आने हो इंडिया पंजाब के उदो महंगे महंगे पा के गहने गुहने निकलते बाहर कपड़े कपड़े पा के तो जिते कोई 10 रुपये लोड़ होंगी है उत्थे शेव कराते अक्सर देखिए उत्थे 10-20 रुपये उदो लेंदे तो 100 रुपये जो फड़ा दें तो उदो कुछ नहीं है वो कुछ नहीं है तो साढ़े वारी हूँ बहर कुछ नहीं रखा अच्छा बहर हूँ यह लगता पिछले खास तौर पर 5-7 साल तो जो लगता भी वाकया ही बहर बहुत कुछ रखिया थोड़ा कुछ नहीं बहुत कुछ रखिया खास तौर पर कोविड की गल करिए इं लगता वाकया ही बहरले मुल्क बहुत कुछ रखिया थोड़ा कुछ नहीं रखिया तो भारत के मुकाबले तो बहुत ही कुछ रखिया सो जो लोग आह गल कहें तो हूँ इं लगता भी वह भी सच्चे रोंदते ने बहुत बुरा हाल है सो अपनी गल ये है आप एक दिन पहला भी यही गल की सी कि जे हूँ यही हाल रहा साढ़े सारे उतों नौजवानों का घर भर्ती यह हाल हैगा घर भर्ती लोग चाहते ने उदे वास्ते बड़े आप देखिया कि वास्ते एक तो पुठे सीधे तरीके जड़े अपनाते हैं मैक्सीको की कंध टप दियाँ बहुत सारे वीडियो हुई ने रिलीज़ कंध टपते निकी जी मोरी तो लंघदे नाल छोटे छोटे जवाक ने जुड़े किए हुए इदा उन्हों का की हाल हो कितों तुर के आए आ इधर आने वास्ते की करते हैं एक सानू लॉस वेगस मुंडा मिलया सी उन्हें अपनी स्टोरी सुनाई सुन के सानू रोना आ गया तो जिते बीती है तो उत्ते की हाल होगा वो कहिंदा भी जदों आउंदे सीगे राज तुर के आउंदे सी पता नहीं किन्ने मील याद ही नहीं कुछ किन्ने 50, 100, 200, 300 मील सीगा तो जिहड़ा बंदा बीमार ठमार हो जांदा सी विचों जे 25-30 बंदे आ तो उन्हूं तुरनी हुंदा सी जिहड़ा उन्हूं इह नहीं सी भी कोई तोर लू नाल हो के उन्हूं उत्थे ही दातर मार के मार दिंदे सी एजेंट जिहड़े हुंदे सी उन्हां दे बंदे हुंदे सी उत्थे ही दातर मार के उन्हूं मार के उत्थे चढ़ जांदे सीगे सो इतों तक करते हैं फिर जी कनेडा की खास तौर पर बहुत सारिया खबर सुख न सामने आदि से अजक तो घट गई
कि ब्लड रिलेशन दे विच ही विआह करा के इधरों तलाक लै लेना, ये काम बड़ा चलिया सीगा। इधरों वाइफ चंगी भली है रेंदे, मतलब कट्ठे ही है, इदा तो तलाक लैके शो करना भी अलग अलग रही, तलाक हो गया तो हुण मैं कल्ला, तो मैं हुण इंडिया तो विआह करा के लिआउणा। तो वह इधर आने वास्ते विआह फर्जी कराए जाते, कई सके रिश्तेदार विआह करा के फिर इधर लियाए जाते सीगे इधर आने वास्ते। चलो कुछ एक लोगों की मजबूरी सी, कुछ एक क्यों अज का हुण विषय वाले पासे आ गए, उस बाद तुहाडियां गल्लां लैणी शुरू कर, क्यों ये चीज़ साढ़े सारयां दे दिमाग दे विच बैठी आ भी एक माइंड साडा ये सैट हो गया, टोटल माइंड ये सैट हो गया भी भारत दे विच कुछ नहीं हैगा, पंजाब दे विच धक्कियां तो इलावा कुछ नहीं हैगा, कम नहीं मिलना, यह साडा माइंड ही सैट हो गया सब दा, या वाकया ही उधर ये हालात हैगे ने कि उधर कढ़न पाउण हुण कुछ नहीं हैगा। इस करके जो भी जिहड़ा बंदा गल करदा सही करदा। ब्रेक ते जाण तों पहलां इक अद्धी कॉल लै लैंदे आ, उस तों बाद फिर कॉलां दा सिलसिला लगातार जारी रखांगे कि विचार ने तुहाडे पेश कर सकदे हो। हैलो जी, सति श्री अकाल, तुसीं आउंदे रहो। मनजीत सिंह जी, हाँ जी मनजीत सिंह जी, सत श्रीकाल जी। मैं क्या जिम्मे आदत पई है ना, दो सैगमेंट कॉल लैंदा, नहीं तो मैं क्या यही लगता होना तुहानू भी ब्रेक तो बाद ही कॉल लैनी है। गल थी सही है, माइंड सैट तो आते ही होना, क्यों हालात अजकल इंडिया के आदा के हालात जे हम अभी चाहते भी अस इंडिया वैल सैटल भी होंगे, उत्तर साडिया फैक्ट्रिया भी चल दया हों, पर जो इन्हों मौकसा च है उ कुछ नहीं है। गवर्नमेंट ने बहुत मदद की है जी, गवर्नमेंट ने, पंजाब सरकार ने भी, ते सेंटर सरकार ने, मोदी सरकार ने भी बहुत मदद की, आपो अपने अकाउंट नंबर दिते सारयां नूं, और साढ़े कलाकारा की संस्था हैगी, उन्होंने पैसे पाए भी है पंजाब सरकार के, वो मैं क्या तुम तुम उस अकाउंट च पैसे पाने पंजाब सरकार के किसी डायरैक्ट किसी की मदद कर देंगे तो चल रहा ना। हाँ जी, जो हम अपने दुनिया रोलती फैलती है, बुरा हाल बौंकी दिहाड़े उत्ते कोई हम चाहे कुछ भी उत्ती अमीर बंदा आनू वैक्सीन वैक्सीन वगैरह दसते फिरते इतने फ्री लाने पै जा ना, चाहे कहो चाहे ना, असि भी बहुत धक्के खा के आए थे, जाने की हम जाते आने पर पैक सोचते हैं हले उत्ते उ खड़ा जो असि 40 साल पहला छड़ गया। तो मनजीत सिंह जी, फोन फून जे कि करते हो इंडिया जाने आने हो तो फिर कहें कोई रिश्ते रिश्तेदार आ के सानू भी रिश्तेदार के फोन आ जाते हैं, मतलब कि जिदा हुण समझ नहीं आती भी जवाब की देिए भी भाई कुड़ी ने हुण बीए कर ली है तो सोचो कुछ, असं क्या भी सोचना असी थोड़ी तुम इतने सोचो रिश्ता रुश्ता लभ नहीं, रिश्ते रुश्ते की गल नहीं, बहर का सोचो कुछ। हाँ जी, उतो तो फिर यही है भी अगला कहता किस तरह इनू बाहर लगा ले जा 10-20 लाख रुपए की मदद करे, एक दो नंबर से जाइए जाए तो भी कहें होने जी रिश्तेदार दोस्त मित्र कोई। हाँ जी, वो तो फिर सारे ही तुम्हें पता ही है। अच्छा, किस तरह जा सू उधरों तीन अपना राहियां भेजो, अपने स्पॉन्सरशिप भेजो जी, असं किस तरीके जाना जाना वैल सैटल बंदे मैं हाँ ना, वो भी काफी बंदे आ, मैं फोन ते नहीं कहना चाहना, मैं आप खुद इतों भेजी हाँ, मैं पता हूँ इतनी भेजने की लोड़ बनी सी उन्होंने को इन्ना कुछ आ, पर फिर बीए लाके हम ठंड जी पई आ, हम कोरोना करके आए नहीं है, एक बंदे दी 2 लाख दे नेड़े तनखा उते। परोज फोन आउंदे जी, कोई हो सकदा कुछ हो सकदा किदां हो सकदा, ते मनजीत सिंह जी असीं मन लईए भी चलो कोई इहो जिहा हीला वसीला बनदा है कि उधरों बाहर आना सौखा हो जाता, तो जे बाहर आ गए सारे तो पंजाब का मगरों की हाल हो की माहौल होगा सारे तो भाव आ जे ज्यादा गिणती गिनती जे तो हम साढ़े ला लो आम जे साढ़े दुआबे के पेंड आतो का मेरा ख्याल साढ़ा चौथा हिस्सा भी नहीं जरा होगा उ, बाकी तो सारे बाहर आ पिंड पे आ बहर कोठिया कोठिया पी जी जंडू संघे को पिंड है ढड्डा एक। हाँ जी, हाँ जी जलंधर को जानते होने, तो असं उ शूटिंग शूटिंग कर चल गए उत्थे, भगवंत मान होना ना साड़ी कैसेट की उत्थे शूटिंग सी, उत्थे पता लगा भी लोकेशन लोकेशन वधिया उत्थे बनाई सी किसी ने,
ਤੇ ਸਾਨੂੰ ਇੱਕ ਦਿਨ ਨਾ ਸੀ ਚਾਹੀਦੇ ਸੀ ਤਾਸ਼ ਖੇਡਣ ਵਾਸਤੇ ਸੱਥ ਵਿੱਚ ਬੰਦੇ ਦਿਖਾਉਣੇ ਸੀ, ਪੰਜ ਸੱਤ ਦਸ ਬੈਠੇ ਵੀ ਸੱਥ 'ਚ ਤਾਸ਼ ਖੇਡਦੇ ਆ, ਤੇ ਸਾਨੂੰ ਸਾਰੇ ਪਿੰਡ ਪਿੰਡ 'ਚ ਬੰਦੇ ਨਹੀਂ ਮਿਲੇ, ਪੰਜ ਸੱਤ ਬੰਦੇ ਨਹੀਂ ਮਿਲੇ, ਹੈ ਹੀ ਨਹੀਂ ਬੰਦੇ ਪਿੰਡਾਂ 'ਚ। ਹਾਂਜੀ ਹਾਂਜੀ, ਹੁਣ ਸਾਡੇ ਵੀ ਜੇ ਪਿੰਡ 'ਚ ਤੋਂ ਚੱਲ ਜਾ ਕੋਈ ਬੰਦਾ ਜੀਦਾ ਹੀ ਨਹੀਂ, ਕੋਈ ਤੁਰ ਕੇ ਜਾਂਦਾ ਤਾਂ ਕੋਈ ਬੰਦਾ ਮਿਲਦਾ ਹੀ ਨਹੀਂ ਹੈਗਾ ਸਾਰੇ। अपने जनरेशन कोई रह के खुशी नहीं उत्थे। ਇਹ ਹਾਂਜੀ ਸਰ, ਇਹ ਆਪਾਂ ਨੂੰ ਕਾਰਨ ਆਪਾਂ ਨੂੰ ਪਤਾ ਲੱਗ ਗਿਆ, ਕਾਰਨ ਅਸੀਂ ਬਹੁਤ ਵਾਰੀ ਡਿਸਕਸ ਕੀਤਾ ਕਿ ਸਿਸਟਮ ਤੋਂ ਲੁਕੀ ਲੋਕ ਦੁਖੀ ਨੇ, ਔਰ ਜੇ ਕੋਈ ਚੰਗਾ ਖਾਂਦਾ ਪੀਂਦਾ ਵੀ ਹੈਗਾ ਤਾਂ ਉਹ ਵੀ ਇਸ ਗੱਲੋਂ ਦੁਖੀ ਹੈ ਵੀ ਭਾਈ ਇੱਧਰਲੇ ਮੁਲਕਾਂ ਸਿਸਟਮ ਹੈ ਨਹੀਂ। ਚਲੋ ਚੰਗੇ ਖਾਂਦੇ ਪੀਂਦੇ ਦੀ ਵੀ ਗੱਲ ਛੱਡੀਏ ਮਨਜੀਤ ਸਿੰਘ ਜੀ, ਜਿਹੜੇ ਲੀਡਰ ਵੀ ਨੇ ਈਵਨ MLA ਤੱਕ ਲੋਕ ਨੇ ਉਹ ਵੀ ਨਹੀਂ ਖੁਸ਼ ਉੱਥੇ। ਇਹ ਗੱਲ ਸੁਣ ਲਓ, ਅੱਜ ਤੋਂ 25 ਸਾਲ ਪੁਰਾਣੀ ਗੱਲ ਆ, 20-25 ਸਾਲ। ਅੱਛਾ ਜੀ। ਬਾਹਰਲੇ ਬੰਦੇ ਨੇ ਉੱਥੇ ਪੈਸਾ ਆਪਣਾ ਲਾਉਣਾ ਸ਼ੁਰੂ ਕੀਤਾ ਵੀ ਚਲੋ ਅਸੀਂ ਇਨਵੈਸਟਮੈਂਟ ਕਰਦੇ ਚਲਾਉਣੇ ਆ ਜਾਂ ਕੁਛ ਆ, ਉਹ ਸਾਰੇ ਖਾਲੀ ਹੱਥੀ ਕੱਢੇ ਉੱਥੋਂ। ਪਾਰਟੀਆਂ ਨੇ ਜਿਹੜੀ ਉਹ ਵੀ ਤਕੜੀਆਂ ਤਕੜੀਆਂ ਪਾਰਟੀਆਂ ਨੇ, ਇੱਕ ਉੱਥੇ ਆਪਣੇ ਖੋਲਿਆ ਸੀਗਾ ਆਪਣੇ ਬਹੁਤ ਸਾਰਾ ਤਕੜਾ ਸੋਟ ਆਪਣੇ ਆਪਣੇ ਕਲੱਬ ਲੁਧਿਆਣੇ ਜਿਮ ਜਿਮ ਖੋਲੇ ਸੀ ਇੱਥੋਂ ਬਿਲਕੁਲ ਸਹੀ ਆ। ਮੈਂ ਪ੍ਰੋਗਰਾਮ ਕੀਤਾ ਸੀ ਇੱਕ ਦਿਨ ਇਸ ਗੱਲ ਤੇ ਵੀ ਜਿਨ੍ਹਾਂ ਨੇ ਪੰਜਾਬ ਚ ਇਨਵੈਸਟਮੈਂਟ ਕੀਤੀ ਆ ਕਿਸੇ ਨੂੰ ਕੋਈ ਪ੍ਰੋਫਿਟ ਆਇਆ ਕਦੇ? ਜਿੰਨੀਆਂ ਕਾਲਾਂ ਆਈਆਂ ਸਭ ਨੇ ਕਿਹਾ ਨਹੀਂ ਜੀ ਮੇਰਾ 3 ਕਰੋੜ ਲਾ, ਮੈਂ 4 ਕਰੋੜ ਲਾ, ਮੈਨੂੰ ਕਦੇ 1 ਰੁਪਈਆ ਨਹੀਂ ਆਇਆ। ਅਤੇ ਜਦੋਂ ਬਾਹਰਲੇ ਲੋਕ ਆਪਣਾ ਆ ਜਾਂਦੇ ਨੇ ਛੱਡ ਛਿਡਾ ਕੇ ਵੀ ਦਫਾ ਕਰੋ ਯਾਰ ਸਾਡੇ ਵੱਸ ਦਾ ਹੈ ਨਹੀਂ, ਸਾਂਭੋ ਤੁਸੀਂ, ਅਤੇ ਉਦੋਂ ਬਾਅਦ ਉੱਥੇ ਪ੍ਰੋਫਿਟ ਸ਼ੁਰੂ ਹੋ ਜਾਂਦਾ। ਉਹਦਾ ਵੀ ਇੱਕ ਤਰ੍ਹਾਂ ਦਾ ਇਹੀ ਆ ਵੀ ਬਾਹਰਲੇ ਕਹਿਤਾ ਖੋਲੋ ਖੋਲੋ ਖੋਲੋ, ਬਾਹਰਲਾ ਬੰਦਾ ਕਿਹੜਾ ਜਾ ਕੇ ਉੱਥੇ ਇਨਵੈਸਟਮੈਂਟ ਕਰੂਗਾ? ਮੇਰਾ ਖਿਆਲ ਜੇ ਬਾਹਲਾ ਨਹੀਂ ਤਾਂ ਅਰਬਾਂ ਰੁਪਈਆ ਇੰਡੀਆ ਦਾ ਜੇ ਲਾਈਏ, ਅਰਬਾਂ ਦੇ ਹਿਸਾਬ ਨਾਲ ਇਹੋ ਜਿਹੇ ਲੋਕ ਉੱਥੇ ਇਨਵੈਸਟ ਕਰਕੇ ਛੱਡੀ ਬੈਠੇ ਨੇ ਦੁਖੀ ਹੋ ਗਏ। ਹਾਂਜੀ। ਚਲੋ ਮਿਹਰਬਾਨੀ, ਚਲੋ ਬ੍ਰੇਕ ਦਾ ਵੀ ਸਮਾਂ ਹੋ ਗਿਆ, ਸੋ ਵਿਸ਼ਾ ਅੱਜ ਦਾ ਵੀ ਕਾਫੀ ਥੋੜ੍ਹਾ ਜਿਹਾ ਹੈਗਾ ਤਿੱਖਾ ਹੀ ਆ, ਔਰ ਕੀ ਮਾਹੌਲ ਹੋਏਗਾ ਜੇ ਅਸੀਂ 10 ਸਾਲ ਬਾਅਦ ਦੀ ਵੀ ਗੱਲ ਕਰੀਏ, 10 ਸਾਲ ਪਹਿਲਾਂ ਦੀ ਪਿੱਛੇ 10 ਸਾਲ ਪਿੱਛੇ ਝਾਤੀ ਮਾਰੀਏ, ਅਤੇ 10 ਸਾਲ ਪਹਿਲਾਂ ਕਿੰਨਾ ਫਰਕ ਸੀ ਪੰਜਾਬ ਦਾ, 10 ਸਾਲ ਬਾਅਦ ਉਸੇ ਪੰਜਾਬ ਦੇ ਵਿੱਚ ਮੇਰਾ ਖਿਆਲ ਇਹ ਹੈ ਵੀ ਜੇ ਤਾਂ ਹੁਣ ਗੱਲ ਕਰਦੇ ਵੀ ਬੰਦੇ ਤਾਸ਼ ਖੇਡਣ ਲਈ ਨਹੀਂ ਮਿਲਦੇ ਉੱਥੇ, ਖੈਰ ਉੱਧਰ ਊਂ ਹੀ ਬੰਦੇ ਤਾਸ਼ ਖੇਡਣ ਵਾਸਤੇ ਮਿਲਦੇ, ਬੰਦੇ ਘੱਟ ਗਏ ਪਿੰਡਾਂ ਦੇ ਵਿੱਚ, ਸਾਰੇ ਤਕਰੀਬਨ ਬਾਹਲੇ ਪਿੰਡਾਂ 'ਚੋਂ ਬਾਹਰ ਆ ਗਏ ਕੁਛ ਇਲਾਕੇ 'ਚ ਪੰਜਾਬ ਦੇ, ਅਤੇ ਇੱਧਰ ਟਾਈਮ ਨਹੀਂ ਕਿਸੇ ਕੋਲ ਹੁੰਦਾ ਕਿ ਤਾਸ਼ ਖੇਡੀ ਜਾਵੇ। ਇੱਕ ਦਿਨ ਇੱਥੇ ਸੀਗੇ ਦੋਸਤ, ਕੰਮ ਕਾਰ 'ਚ ਇੰਨੇ ਬਿਜ਼ੀ ਹੈ ਤਾਂ ਉਹ ਇਕੱਠੇ ਹੋਏ 2 ਜਣੇ, ਕਹਿੰਦੇ ਯਾਰ ਸੀਪ ਖੇਡਦੇ ਅੱਜ ਬੜੀ ਦੇਰ ਹੋ ਗਈ, ਫੋਨ ਕੀਤਾ ਤੀਜੇ ਨੂੰ ਵੀ ਆ ਜਾ ਵੀ ਖਰਚਾ ਖੁਰਚਾ ਅਸੀਂ ਕਰਾਂਗੇ ਖਾਓ ਪੀਓ, ਐਂ ਦੱਬ ਕੇ ਤਾਂ ਤੂੰ ਆ ਜਾ ਤਾਸ਼ ਖੇਡਾਂਗੇ ਯਾਰ ਸੀਪ ਖੇਡਣੀ। ਤੀਜਾ ਆ ਗਿਆ, ਚੌਥੇ ਬੰਦੇ ਲਈ ਫੋਨ ਕੀਤੇ, ਪਹਿਲੇ ਨੂੰ ਕੀਤਾ ਫੋਨ ਉਹ ਕਹਿੰਦਾ ਮੈਂ ਬਿਜ਼ੀ, ਦੂਜੇ ਨੂੰ ਕੀਤਾ ਕਹਿੰਦਾ ਮੈਂ ਬਿਜ਼ੀ ਹਾਂ, ਚੌਥੇ ਨੂੰ ਕੀਤਾ ਫੋਨ, ਚੌਥਾ ਬੰਦਾ 15-20 ਫੋਨ ਕਰਨ ਤੋਂ ਬਾਅਦ ਚੌਥਾ ਬੰਦਾ ਤਾਸ਼ ਖੇਡਣ ਨਹੀਂ ਲੱਭਿਆ ਸੀਪ ਖੇਡਣ ਵਾਸਤੇ, ਉਹਨੂੰ ਬੰਦੇ ਬਿਜ਼ੀ ਹੋਣ ਕਰਕੇ ਇੱਧਰਲੇ ਮੁਲਕਾਂ 'ਚ। ਅਖੀਰ ਫਿਰ ਉਹ ਕਹਿੰਦੇ ਜੀ ਅਸੀਂ 3-2-5 ਹੀ ਖੇਡ ਲਈ ਤਿੰਨਾਂ ਜਾਣਿਆਂ ਨੇ। ਚਲੋ ਇਹ ਇੱਕ ਵੱਖਰੀ ਗੱਲ ਸੀਗੀ, ਪਰ ਅਸੀਂ ਜਿਹੜੀ ਪੰਜਾਬ ਦੀ ਗੱਲ ਕਰ ਰਹੇ ਹਾਂ ਉਹਦੇ 'ਤੇ ਫਿਰ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਜੁੜਾਂਗੇ, ਤੁਸੀਂ ਕਾਲ ਕਰਕੇ ਆਪਣੇ ਵਿਚਾਰ ਪੇਸ਼ ਕਰ ਸਕਦੇ ਹੋ, ਦੇਖਦੇ ਰਹੋ ਜਸ ਪੰਜਾਬੀ। ਹਾਜ਼ਰ ਆ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੇ ਤੁਹਾਡੀਆਂ ਕਾਲਾਂ ਸਿਲਸਿਲੇ ਸ਼ੁਰੂ ਕੀਤਾ ਸੀਗਾ ਅਤੇ ਇਹਨੂੰ ਆਪਾਂ ਅੱਗੇ ਤੋਰਦੇ ਹਾਂ। ਕੀ ਵਿਚਾਰ ਨੇ ਤੁਹਾਡੇ ਇਸ ਮਾਮਲੇ ਦੇ ਵਿੱਚ, 10 ਸਾਲ ਪਹਿਲਾਂ ਪੰਜਾਬ ਵੱਲ ਝਾਤੀ ਮਾਰੀਏ ਅਤੇ 10 ਸਾਲ ਬਾਅਦ ਝਾਤੀ ਮਾਰੀਏ, ਕੀ ਮਾਹੌਲ ਲੱਗਦਾ ਜੇ ਹਿਸਾਬ ਦੇ ਨਾਲ ਸਾਡੇ ਲੋਕਾਂ ਦੇ ਵਿੱਚ ਲੋਕਾਂ ਦੇ ਦਿਮਾਗ ਦੇ ਵਿੱਚ ਜਾਂ ਮਾਇੰਡਸੈੱਟ ਹੋ ਗਿਆ ਕਹਿ ਲਓ, ਜਾਂ ਲੋਕਾਂ ਦੀ ਮਜਬੂਰੀ ਇੱਕ ਕਿਸਮ ਦੀ ਬਣ ਗਈ ਹੈ ਵੀ ਕਿਸੇ ਵੀ ਹਾਲਤ ਦੇ ਵਿੱਚ ਬਾਹਰ ਨਿਕਲਿਆ ਜਾਵੇ, ਉਹਦੇ ਵਾਸਤੇ ਚਾਹੇ ਸਾਨੂੰ ਕੁਛ ਵੀ ਕਰਨਾ ਪੈਂਦਾ, ਕਾਲਾਂ ਸਿਲਸਿਲਾ ਅੱਗੇ ਵਧਾਉਂਦੇ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ ਜੀ। ਜੀ ਸਰ। ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਰ, ਕੌਣ ਬੋਲਦੇ ਜੀ? ਹਰਕਮਨ ਬੋਲਦਾ। ਹਾਂਜੀ ਹਾਂਜੀ ਹਾਂਜੀ, ਦੱਸੋ ਜੀ ਕੀ ਕਹਿਣਾ ਚਾਹੁੰਦੇ, ਕੀ ਵਿਚਾਰ ਨੇ? ਮੈਂ ਜਸਟ ਪੁੱਛਣਾ ਚਾਹੁੰਦਾ ਸੀ ਜੀ, ਜਿੱਦਾਂ ਲਾਈਕ ਜਿਹੜੇ ਹੁਣ ਪੰਜਾਬ ਦੇ ਲੀਡਰ ਦਾ ਉਹ ਜਿੱਦਾਂ ਹਮੇਸ਼ਾ ਕੰਪਲੇਂਟਸ ਆਉਂਦੀਆਂ ਰਹਿੰਦੀਆਂ, ਮੈਂ
ਫਰਾਂਸ ਦੇ ਰਾਸ਼ਟਰਪਤੀ ਦਾ ਮੈਂ ਉਦਾਂ ਹੀ ਪੁੱਛਣਾ ਚਾਹੁੰਦਾ ਜਿੱਦਾਂ ਹੁਣ ਇਹ ਡਿਸਪਲਿਨ ਪੰਜਾਬ 'ਚ ਕਾਤੋਂ ਨਹੀਂ ਹੈਗਾ ਜੀ ਜਿੱਦਾਂ ਲਾਈਕ ਜਿੱਦਾਂ ਯੂ ਨੋ ਲਾਈਕ ਤੇ ਪਤਾ ਲੱਗਦਾ ਕੌਣ ਕੌਣ ਆ ਕਾਤੋਂ ਆ ਜਿੱਦਾਂ ਉਹ ਮੁੰਡੇ ਨੂੰ ਕਾਤੋਂ ਗੁੱਸਾ ਆਇਆ अच्छा जी चलो कॉल कर ली तुहाडा बहुत धन्यवाद जी आप गल करते जिवें तुसीं गल कीती हैगी उहदी फ्रांस वाले राष्ट्रपति उहदे दो तीन चीज़ां हो सकदियां एक तो लोक सिस्टम तो खैर फ्रांस दे विच ओह चीज़ प्रॉब्लम खैर नहीं होएगी साइकी हो सकदा बंदा किसी गलों जां कोई होर उहदे मन च कई मशहूर होने वास्ते करदे ने वी इदां दा काम करांगे असीं मशहूर हो जाएंगे फिर सानूं सैलिब्रिटी बन जांदे ने चलो बहुत मेहरबानी कॉल करन वास्ते तुहाडी जी बाकी करदे गलबात हाँ जी हैलो सत श्री अकाल जी आउंदे रहो जी सरदार गुरमेल सिंह जी धीर साहब सोचो कुछ जवाकां दा सोचो तुहानूं तां बहुत आउण लग पिया इन्हां दिनां च क्योंकि साडे लोकां दे उत्ते काफी नियाणे काम ठीक ठाक चलदे आ बहुते लोकां नूं नहीं पता लेकिन मैं बहुत पढ़िया सुनिया भी आ 1953 दे विच उदों जवाहर लाल नेहरू प्राइम मिनिस्टर हुंदा सी इंडिया दा पटियाला हाउस दे विच दिल्ली दे विच तीन दिन कॉन्फ्रेंस चली इंडिया दी गवर्नमेंट दी अच्छा जी जिहड़े सिख लीडर सी ओहदे विच नहीं सी आउण दित्ते गए ओह सारी पंजाब दे उत्ते सी अच्छा जी ओहदे विच उहनां ने की कीता पहला तां जिहड़ी सी पैप्सू स्टेट सी जिहड़ी ओह अकालियां दी स्टेट सी ज्ञान सिंह राड़ेवाला ओहदे मुख मंत्री सी ओहनूं खतम कीता अच्छा जी फिर उस तो बाद उन्हां ने देखो किदां स्कीम दे नाल चले ने जी फिर 1956-57 दे विच जिहड़ी राजस्थान नूं लहर जांदी आ ओह बनाउणी शुरू कीती पंजाब दा पाणी लुटणा शुरू कीता हांजी जी पंजाब नूं कुछ नहीं देणा कोई टैक्स नहीं देणा कुछ नहीं जी हालांकि अंग्रेजां दे टाइम दे विच जिहड़ियां नहरां बणियां ने दूजे सूबिआं नूं गईआं ओह पंजाब सरकार नूं टैक्स दिंदे हुंदे सी ठीक है ਹਾਂਜੀ ਤੇ ਫਿਰ ਉਸ ਤੋਂ ਬਾਅਦ ਵਿਤਕਰਾ ਹੁੰਦਾ ਰਿਹਾ ਮਾਸਟਰਾ ਤੇ ਮੋਰਚਾ ਲਾਉਂਦਾ ਰਿਹਾ ਪੰਜਾਬੀ ਸੂਬੇ ਬਾਰੇ ਤੇ ਇਹਨਾਂ ਨੇ ਉਹਦੇ ਵਿੱਚ ਮੀਟਿੰਗ ਦੇ ਵਿੱਚ ਤੈਅ ਕਰ ਲਿਆ ਸੀ ਵੀ ਇਹ ਜਿਹੜੇ ਸਿੱਖ ਨੇ ਟਰਬਲ ਮੇਕਰ ਨੇ ਪੰਜਾਬੀ ਇਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਏ ਅੱਛਾ ਜੀ 1955 ਦੇ ਵਿੱਚ ਜਿਹੜੀ 1955 ਦੇ ਵਿੱਚ ਜਿਹੜੀ ਫੌਜ ਹਰਿਮੰਦਰ ਸਾਹਿਬ ਗਈ ਸੀ ਤੇ ਉਹ ਵੀ ਪੁਲਿਸ ਗਈ ਸੀ ਜਾਂ ਜੋ ਵੀ ਗਏ ਸੀ ਉਹ ਵੀ ਇਸੇ ਉੱਥੇ ਮੀਟਿੰਗ ਇਹੀ ਚੱਲਦੀ ਸੀ ਪੰਜਾਬੀ ਸੂਬੇ ਬਾਰੇ ਮਾਫੀ ਮੰਗੀ ਸੀ ਹਰਿਮੰਦਰ ਸਾਹਿਬ ਆ ਕੇ ਤੇ ਉਸ ਤੋਂ ਬਾਅਦ ਦੇਖ ਲੋ ਫਿਰ ਇਹ ਪੰਜਾਬੀ ਸੂਬਾ ਵਿਤਕਰਾ ਚੱਲਦਾ ਰਿਹਾ ਸਭ ਕੁਛ ਚੱਲਦਾ ਰਿਹਾ ਤੇ 1960 ਦੇ ਵਿੱਚ ਸ਼ਹਿਰਾਂ ਦੇ ਵਿੱਚ ਭਈਏ ਆਉਣੇ ਸ਼ੁਰੂ ਹੋ ਗਏ ਅੱਛਾ 1960 ਸ਼ੁਰੂ ਹੋਏ ਆ ਹਾਂਜੀ ਪਹਿਲਾਂ ਕੋਈ ਭਈਆ ਨਹੀਂ ਸੀ ਪੰਜਾਬ ਦੇ ਵਿੱਚ ਇਹ ਟ੍ਰਾਂਸਫਰਮੇਸ਼ਨ ਹੋਣੀ ਸ਼ੁਰੂ ਹੋ ਗਈ ਤੇ ਉਸ ਤੋਂ ਬਾਅਦ ਫਿਰ ਮੈਂ ਜਦੋਂ ਅਰਲੀ 70 ਦੇ ਵਿੱਚ ਆਇਆ ਸਾਡੇ ਪਿੰਡ ਦੇ ਵਿੱਚ ਕੋਈ ਭਈਆ ਨਹੀਂ ਸੀ ਹੁੰਦਾ ਤੇ ਪੰਜਾਬ ਦੇ ਲੋਕਾਂ ਨੂੰ ਨੌਕਰੀਆਂ ਦੇਣੀਆਂ ਘੱਟ ਕਰ ਦਿੱਤੀਆਂ ਤੇ ਉਹ ਦੂਜੇ ਸੂਬਿਆਂ ਵੱਲ ਜ਼ਿਆਦਾ ਧਿਆਨ ਦਿੱਤਾ ਖਾਸ ਕਰਕੇ ਸਾਊਥ ਵੱਲ ਜੀ ਅੱਛਾ ਫਿਰ ਤੁਸੀਂ ਦੇਖੋ ਇਹ ਉਦੋਂ ਸਾਡੇ ਪਿੰਡ ਦੇ ਵਿੱਚ ਕੋਈ ਭਈਆ ਨਹੀਂ ਸੀ ਹੁੰਦਾ ਅੱਜ ਅੱਧਾ ਪਿੰਡ ਭਈਆਂ ਦਾ ਤੁਸੀਂ ਕਿਹਾ ਵੀ ਕੀ ਬਣੂਗਾ ਪੰਜਾਬ ਦਾ ਉੱਥੇ ਭਈਆਂ ਦਾ ਪੰਜਾਬ ਬਣੂਗਾ ਇਹ ਹਾਂਜੀ ਸਾਡੀ ਨੌਜਵਾਨੀ ਸਾਰਾ ਕੁਛ ਬਾਹਰ ਟੱਪ ਦਿੱਤਾ ਇਹਨਾਂ ਨੇ ਉੱਥੇ ਕਿਸੇ ਨੂੰ ਨੌਕਰੀ ਨਹੀਂ ਦੇਣੀ ਕੋਈ ਸਹੂਲਤਾਂ ਨਹੀਂ ਦੇਣੀਆਂ ਕੋਈ ਵੀ ਕੁਛ ਨਹੀਂ ਦਿੰਦੇ ਇਹ ਤੇ ਪੰਜਾਬ ਦੇ ਜਿਹੜੇ ਗੱਭਰੂ ਮਤਲਬ ਚਾਹੇ ਸਾਰੇ ਚਾਹੇ ਹਿੰਦੂ ਨੇ ਚਾਹੇ ਸਿੱਖ ਨੇ
ਉਹ ਬਾਹਰ ਆ ਰਹੇ ਨੇ ਜੀ ਤੇ ਇਹਦਾ ਮਤਲਬ 10 ਸਾਲਾਂ ਤੱਕ ਤਾਂ ਹੋਰ ਫਰਕ ਪੈ ਜਾਏਗਾ ਪੰਜਾਬ ਦੇ ਵਿੱਚ ਜਿਵੇਂ ਹੁਣੇ ਸਾਨੂੰ ਦੇਖਣ ਨੂੰ ਕਈ ਜਗ੍ਹਾ ਮਾਹੌਲ ਮਿਲਦਾ ਹੈ ਹਾਂਜੀ ਜੇ ਇਹ ਹਾਲਾਤ ਰਹੇ ਨਾ ਤਾਂ ਅੱਜ ਤੋਂ 40-50 ਸਾਲ ਨੂੰ ਮੈਨੂੰ ਨਹੀਂ ਲੱਗਦਾ ਕੋਈ ਪੰਜਾਬ ਦੇ ਵਿੱਚ ਪੰਜਾਬੀ ਹੋਊਗਾ ਬੋਲੀ ਦਾ ਵੀ ਬੜਾ ਵੱਡਾ ਉੱਥੇ ਕਾਣ ਹੋ ਰਿਹਾ ਕਿਉਂਕਿ ਉਹ ਫਿਰ ਜੁੱਤੀ ਵਾਲੇ ਤਾਂ ਹਿੰਦੀ ਬੋਲਦੇ ਨੇ ਉਹਦੇ ਨਾਲ ਬੋਲੀ ਦਾ ਵੀ ਬੜਾ ਫਰਕ ਪੈ ਰਿਹਾ ਹੁਣ ਵੀ ਪੈ ਰਿਹਾ ਉੱਥੇ ਘਰਾਂ ਦੇ ਵਿੱਚ ਆਪਾਂ ਕਿੰਨੀ ਵਾਰੀ ਗੱਲ ਕੀਤੀ ਆ ਹਿੰਦੀ ਬੋਲੀ ਜਾ ਰਹੀ ਆ ਹਾਂਜੀ ਹਾਂਜੀ ਤੇ ਹੁਣ ਜਿਹੜਾ ਹਾਂਜੀ ਤੇ ਹੁਣ ਲੋਕ ਜੀ ਜੀ ਤੁਸੀਂ ਬੋਲੋ ਪਹਿਲਾਂ ਮੈਂ ਗੱਲ ਕਰ ਰਿਹਾ ਸੀਗਾ ਵੀ ਜਿਵੇਂ ਕੈਨੇਡਾ ਦੀ ਗੱਲ ਕਰੀਏ ਤੇ ਕੈਨੇਡਾ ਆਉਣਾ ਸੌਖਾ ਥੋੜ੍ਹਾ ਜਿਹਾ ਇੱਥੇ ਨਾਲੋਂ ਅਮੈਰੀਕਾ ਨਾਲੋਂ ਤੇ ਸਟੂਡੈਂਟ ਵੀਜ਼ੇ ਤੇ ਕਿੰਨਾ ਕੁ ਬੱਚਾ ਆਇਆ ਜੀ ਉਹਦਾ ਕੋਈ ਹਿਸਾਬ ਨਹੀਂ ਸਟੂਡੈਂਟ ਵੀਜ਼ੇ ਤੇ ਬਹੁਤ ਬੱਚੇ ਆਏ ਨੇ ਕਿਉਂਕਿ ਆਸਟ੍ਰੇਲੀਆ ਕੈਨੇਡਾ ਉਹ $1,100 ਚਾਰਜ ਕਰਦਾ ਉਹਨਾਂ ਤੋਂ ਅੱਛਾ ਜੀ ਹਾਂਜੀ ਹੁਣ ਤੁਸੀਂ ਪੈਸਿਆਂ ਨਾਲ ਜਰਬ ਲਾ ਕੇ ਦੇਖ ਲਓ ₹50 ਨਾਲ ਜਰਬ ਕਰ ਲਓ ਕਿੰਨਾ ਬਣ ਗਿਆ ਤੁਹਾਡੇ 50,000 ਇਹਦਾ ਰੇਟ ਮਤਲਬ 52-53 ਕੋਈ 52-53 ਹੀ ਹੈ ਜਿਵੇਂ ਇਧਰ 70-72 ਤੱਕ ਹੈਗਾ ਨਾ 70-72 ਤੱਕ ਹਾਂਜੀ ਜੀ ਮੜਾ ਹੋੜ ਰੱਖੋ ਹਾਂਜੀ ਹਾਂਜੀ ਧੀਰ ਸਾਹਿਬ ਇਸ ਕਰਕੇ ਸਾਡੇ ਕੈਨੇਡਾ ਦੇ ਵਿੱਚ ਆਬਾਦੀ ਬਹੁਤ ਚਾਹੀਦੀ ਆ ਬਹੁਤੇ ਲੋਕਾਂ ਨੂੰ ਆਪਣਾ ਪਤਾ ਨੀ ਹੋਣਾ ਵੀ ਇੰਡੀਆ ਤੋਂ ਸਟੂਡੈਂਟ ਨਹੀਂ ਸਾਰੀ ਦੁਨੀਆਂ ਤੋਂ ਸਾਰੀ ਦੁਨੀਆਂ ਤੋਂ ਆਉਂਦੇ ਹਾਂਜੀ ਜ਼ਰੂਰਤ ਹੈ ਇਹਨਾਂ ਨੂੰ ਇਹ ਵੀ ਜਿਹੜਾ ਇਹ ਵੀ ਬਾਹਰਲੇ ਮੁਲਕ ਇਧਰਲੀ ਗੱਲ ਕਰ ਲਈ ਜੇ ਕੁਛ ਕਰਦੇ ਆਪਾਂ ਕਹਿੰਦੇ ਇਲੀਗਲ ਆ ਗਿਆ ਇੰਨਾ ਬੰਦਾ ਇਲੀਗਲ ਆ ਗਿਆ ਇਲੀਗਲ ਆ ਇਹਨਾਂ ਨੂੰ ਸਾਰਾ ਪਤਾ ਹੁੰਦਾ ਇਹਨਾਂ ਨੂੰ ਇੱਕ ਜ਼ਰੂਰਤ ਹੁੰਦੀ ਹੈ ਕੰਮ ਚਲਾਉਣ ਵਾਸਤੇ ਇਲੀਗਲ ਬੰਦਾ ਸਸਤਾ ਲੇਬਰ ਸਸਤੀ ਪੈਂਦੀ ਹੈ ਤੇ ਉਹ ਸਾਰਾ ਕੁਛ ਬੈਲੈਂਸ ਕਰਨ ਵਾਸਤੇ ਅਦਰਵਾਈਜ਼ ਪਤਾ ਤਾਂ ਇਹਨਾਂ ਨੂੰ ਸਾਰਾ ਹੀ ਹੁੰਦਾ ਗਵਰਨਮੈਂਟਾਂ ਨੂੰ ਦੇਖੋ ਜੀ ਜਦੋਂ ਏਅਰਪੋਰਟਾਂ ਥਰੂ ਆਉਂਦੇ ਨੇ ਜਾਂ ਬਾਰਡਰ ਲੰਘਦੇ ਨੇ ਸਾਰਾ ਇਹਨਾਂ ਨੂੰ ਪਤਾ ਹੁੰਦਾ ਪਰ ਉਹ ਸਾਡੇ ਕੈਨੇਡਾ ਦੇ ਵਿੱਚ ਤਾਂ ਬਾਅਦ ਦੇ ਵਿੱਚ ਫਿਰ ਉਹਨਾਂ ਨੂੰ ਪੱਕਾ ਕਰ ਦਿੰਦੇ ਆ ਹਾਂਜੀ 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 ਮੈਂ ਤਾਂ ਕੋਈ ਬੰਦਾ ਜਾਂਦਾ ਵਾਪਸ ਕਦੇ ਬੁਲਟਾ ਦੇਖਿਆ ਨੀਗਾ ਸਾਰੇ ਇੱਥੇ ਹੀ ਆ ਜਦੋਂ ਅਸੀਂ ਵੀ ਕੈਨੇਡਾ ਆਏ ਸੀ ਅਸੀਂ ਵੀ ਕਹਿੰਦੇ ਵੀ ਸ਼ਹਿਰ ਚਲੇ ਜਾਵਾਂਗੇ ਅੱਜ ਅੰਦਰ ਉੱਚੇ ਬੈਠਿਆ ਇੱਥੇ ਹੀ ਆਪਣੇ ਜਾਨ ਦੇ ਆਪਣੇ ਅੰਤਮ ਸਵਾਸ ਵੀ ਇਸੇ ਧਰਤੀ ਤੇ ਲੈ ਲੈਣ ਹੁਣ ਅਸੀਂ ਚਲੋ ਜੀ ਚਲੋ ਮਿਹਰਬਾਨੀ ਚੜ੍ਹਦੀ ਕਲਾ ਰੱਖੇ ਪਰਮਾਤਮਾ ਬਹੁਤ ਮਿਹਰਬਾਨੀ ਤੁਹਾਡੀ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਰਦਾਰ ਗੁਰਦੀਪ ਸਿੰਘ ਜੀ ਸੰਦਰ ਸਾਹਿਬ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਕੀ ਕਹਿਣਾ ਚਾਹੁੰਦੇ ਜੀ ਮੈਂ ਕਹਿੰਦਾ ਜੀ ਪਹਿਲਾਂ ਇੰਦਰਾ ਗਾਂਧੀ ਨੇ ਫੌਜੀ ਹੁੰਦੇ ਸੀ ਮੇਰੇ ਫਾਦਰ ਸਾਹਿਬ 5 ਭਰਾ ਸੀ 4 ਫੌਜੀ ਸੀ ਜ਼ਿੰਮੇਦਾਰਾ ਕਰਦਾ ਸੀ ਅੱਛਾ ਜੀ ਹਰ ਪਿੰਡ 'ਚ ਫੌਜੀ ਹੁੰਦੇ ਸੀ ਕਾਫੀ ਕੋਟਾ ਸੀ ਇਹ ਇੰਦਰਾ ਗਾਂਧੀ ਨੇ ਪੱਠਾ ਬਹਾਤਾ ਇਹਨੇ ਪੰਜਾਬੀਆਂ ਦਾ ਕੋਟਾ ਉਹ ਜਿੰਨੇ ਕੁ ਲੋਕ ਪੰਜਾਬ ਦੇ ਰਹਿੰਦੇ ਉਹਦੇ ਹਿਸਾਬ ਨਾਲ ਕਰਦਾ ਅੱਛਾ ਜੀ ਜਿਹੜੇ ਸਟੇਟ ਦੇ ਜ਼ਿਆਦਾ ਲੋਕ ਆ ਉਹ ਜ਼ਿਆਦਾ ਭਰਤੀ ਹੋਣਗੇ ਜਿਹਦੇ ਘੱਟ ਆ ਯੂਪੀ ਵਾਲੇ ਹੁਣ ਭਰਮਾਰ ਹੋਈ ਪਈ ਹੈ ਬਹੁਤ ਜ਼ਿਆਦਾ ਮਾੜਾ ਜਿਹਾ ਹੋਲਡ ਰੱਖੋ ਸੰਦਰ ਸਾਹਿਬ ਮਾੜਾ ਜਿਹਾ ਹੋਲਡ ਰੱਖੋ ਇੱਕ ਮਿੰਟ ਮਾੜਾ ਜਿਹਾ ਜੀ ਸੰਦਰ ਸਾਹਿਬ ਕੰਟੀਨਿਊ ਤੇ ਸਾਡੇ ਪੰਜਾਬੀ ਇੰਨੇ ਕੋਈ ਹੁਣ ਪੰਜਾਬ ਦੇ ਵਿੱਚ ਕੋਈ ਟਾਵਾਂ ਪਿੰਡ 'ਚ ਲੱਭਦਾ ਫੌਜੀ ਨਹੀਂ ਤਾਂ ਆਮ ਘਰਾਂ 'ਚ ਫੌਜੀ ਹੁੰਦੇ ਸੀਗੇ ਜੀ ਉਹ ਬਾਹਰੋਂ ਪੈਸੇ ਘੱਲਦੇ ਸੀ ਤੇ ਦਾਦੇ ਤੇ ਪੋਤੇ ਪਾਤੇ ਰਲ ਕੇ ਅਸੀਂ ਸਾਰੇ ਖੇਤੀ ਕਰ ਲੈਂਦੇ ਹਾਂਜੀ ਨਾਲ ਦਾਦਿਆਂ ਦੇ ਹੈਲਪ ਕਰ ਦੇਣੀ ਤੇ ਸਾਡੇ ਤਾਇਆ ਜੀ ਇੱਕ ਜਿਹੜੇ ਨਹੀਂ ਕਰਦੇ ਸੀ ਉਹ ਸੀਗੇ ਨਾਲ ਤੇ ਸਾਰਾ ਕੰਮ ਚੱਲਦਾ ਸੀ ਉਧਰੋਂ ਬਾਹਰੋਂ ਵੀ ਪੈਸੇ ਫੌਜੀ ਜਿਹੜੇ 4 ਭਰਾ ਸੀ ਸਾਡੇ ਚਾਚੇ ਤਾਏ ਉਹ ਸਾਰੇ ਪੈਸੇ ਘੱਲਦੇ ਸੀਗੇ ਅੱਛਾ ਜੀ ਗੁਜ਼ਾਰਾ ਪਿੰਡ ਦੇ ਲੋਕਾਂ ਦਾ ਵਧੀਆ ਸੀ ਤੇ ਹੁਣ ਆ ਜਿਹੜਾ ਖੇਤੀ ਨੂੰ ਮਾਰ ਪਾਈ ਕਿੰਨਾ ਕੁਛ ਆ ਭਾਈ ਸਾਹਿਬ ਦੱਸ ਕੇ ਗਏ ਸਾਰਾ ਕੁਛ ਹਾਂਜੀ ਉਹ ਹੁਣ ਸਿਚੁਏਸ਼ਨ ਦੇ ਅਨੁਸਾਰ ਮੈਂ ਕਹਿੰਦਾ ਜਿੰਨੇ ਵੀ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਜਿੰਨੇ ਵੀ ਆਪਣੇ ਕੁੜੀਆਂ ਹੈਗੀਆਂ ਉਹਨਾਂ ਦੇ ਵਿਆਹ ਪੰਜਾਬ 'ਚ ਕੀਤੇ ਜਾਣ ਤੇ ਉੱਥੋਂ ਮੁੰਡੇ ਮੰਗਾ ਲਏ ਜਾਣ ਕਿਉਂਕਿ ਉੱਥੇ ਬਹੁਤ ਵਿਤਕਰਾ ਹੋ ਰਿਹਾ ਸਾਡੇ ਸਿੱਖਾਂ ਨਾਲ ਕੈਨੇਡਾ ਵਰਗੇ ਮੁਲਕਾਂ 'ਚ ਅਮਰੀਕਾ ਆਸਟ੍ਰੇਲੀਆ ਆ ਜਾਣਗੇ ਜਿੰਨੇ ਜ਼ਿਆਦਾ ਤੋਂ ਜ਼ਿਆਦਾ ਨਹੀਂ ਪੰਜਾਬ ਰਹਿੰਦੇ ਨਾ ਰਹਿਣ ਮੇਰੇ ਹਿਸਾਬ ਨਾਲ ਕੋਈ ਫਰਕ ਨਹੀਂ ਇੱਥੇ ਵੀ ਥੋੜ੍ਹੇ ਬਹੁਤ ਰਹਿ ਜਾਣਗੇ ਨਹੀਂ ਫਿਰ ਪੰਜਾਬ ਦਾ ਕੀ ਹਾਲ ਹੋਊ ਜੀ ਪੰਜਾਬ ਦਾ ਕੀ ਹਾਲ ਹੋਏਗਾ ਕੀ ਮਾਹੌਲ ਹੋਏਗਾ ਉੱਥੇ ਹੋਰ ਪੰਜਾਬ ਕਿਤੇ ਵਸਾ ਲੈਣਗੇ ਫਿਰ ਉਹ ਕਿਹੜਾ ਇਹ ਨਹੀਂ ਸਾਨੂੰ ਦੇਣਾ ਹੀ ਆ ਉਹ ਤਾਂ ਨਹੀਂ ਕੱਢਣਾ ਹੀ ਆ ਇੱਕ ਦਿਨ
ਸ਼ੱਕ ਤਾਂ ਪੈਦਾ ਹੋ ਰਹੀ ਹੈ ਨਾ ਕਿ ਨਹੀਂ ਪੰਜਾਬ ਨੂੰ ਮਾਣਦਾ। ਹੁਣ ਭਾਈ ਸਾਹਿਬ ਕਿੱਥੋਂ ਲੈ ਕੇ ਸਾਰੀ ਹਿਸਟਰੀ ਦੱਸ ਕੇ ਗਏ ਆ ਕਿ ਇਹਨਾਂ ਦੀ ਕਿੰਨੀ ਵੱਡੀ ਪਲਾਨ ਆ, ਪਲਾਨ ਬਹੁਤ ਵੱਡੀ ਔਰ ਪਹਿਲਾਂ ਤੋਂ ਆ। ਅਤੇ ਫਿਰ ਅਤੇ ਆਪਣਾ ਸੁੰਦਰ ਸਾਹਿਬ ਆਉਂਦੇ ਹੋਣੇ ਫੋਨ ਵਗੈਰਾ ਜਾਂ ਕਿਸੇ ਨਾਲ ਗੱਲ ਕਰਦੇ ਹੋਣਗੇ, ਤਾਂ ਅੱਜ ਕੱਲ੍ਹ ਲੋਕ ਜ਼ਿਆਦਾ ਪਹਿਲਾਂ ਨੂੰ ਨਹੀਂ ਲੱਗਦਾ ਵੀ ਇੱਧਰਲੇ ਆਮ ਮੁਲਕਾਂ ਨੂੰ ਆਉਣ ਵਾਸਤੇ ਤਤਪਰ ਨੇ, ਕੁਛ ਵੀ ਕਰਨ ਵਾਸਤੇ ਤਿਆਰ ਨੇ? ਜ਼ਿਆਦਾ ਨਹੀਂ, ਸਾਰੇ ਜਿਹੜੇ ਅਮੀਰ ਤੋਂ ਅਮੀਰ ਲੋਕ ਆ ਉਹ ਵੀ ਉਹ ਸਿਸਟਮ ਤੋਂ ਤੰਗ ਆ ਕੇ ਆਪਣੇ ਬੱਚਿਆਂ ਨੂੰ ਬਾਹਰ ਘੱਲਣਾ ਚਾਹੁੰਦੇ ਆ। ਉੱਥੇ ਕੋਈ ਪਤਾ ਨਹੀਂ ਤੁਹਾਡੇ ਬੱਚੇ ਨੂੰ ਕਿਸ ਕੇਸ ਵਿੱਚ ਫਸਾ ਕੇ ਬਿਲਕੁਲ ਬਦਲਾ ਲੈਣ ਆਉਣਾ, ਕਿਉਂਕਿ ਅਮੀਰਾਂ ਦੇ ਅਮੀਰਾਂ ਨਾਲ ਟੱਕਰ ਹੈਗੀ ਆ। ਉਹ ਆਪਸ 'ਚ ਇੱਕ ਦੂਜੇ ਨਾਲ, ਜਿੱਦਾਂ ਆਪਣਾ ਜਿਹੜਾ ਮੁੱਖ ਮੰਤਰੀ ਆ ਉਹ ਹੀ ਪ੍ਰਗਟ ਸਿੰਘ ਦੇ ਤੇ ਹੋਰਨਾਂ ਦੇ ਮੁਕੱਦਮੇ ਕਰ ਦਿੰਦਾ ਆ, ਤੇ ਬੜਿਆਂ ਦੀ ਬੜਿਆਂ ਨਾਲ ਵੀ ਟੱਕਰ ਆ, ਤੇ ਉਹ ਬੜਿਆਂ ਦੇ ਤਾਂ ਸਗੋਂ ਜ਼ਿਆਦਾ ਪੜ੍ਹਦੇ ਆ ਇੱਥੇ। ਬਿਲਕੁਲ ਜੀ ਬਿਲਕੁਲ, ਸਾਰਿਆਂ ਦਾ ਇਹ ਹਾਲ ਆ। ਚਲੋ ਅਸੀਂ ਤਾਂ ਇਸ ਕਰਕੇ ਗੱਲਬਾਤ ਕਰ ਲਈ ਦੀ ਆ ਵੀ ਚਲੋ ਪੰਜਾਬ ਦਾ ਦਰਦ ਸਭ ਨੂੰ ਹੀ ਆ, ਪੰਜਾਬ ਵਾਸਤੇ ਚਿੰਤਾ ਸਭ ਨੂੰ ਹੀ ਆ। ਪੰਜਾਬ ਦੇ ਲਈ ਬਹੁਤ ਉਹ ਸੋਚਦੇ ਆ, ਪਰ ਜਿਹੜੀ ਉਹਨਾਂ ਦੀ ਭਾਰਤ ਸਰਕਾਰ 'ਚ 75% ਹਿੰਦੂਇਜ਼ਮ ਜ਼ਿਆਦਾ ਫੈਲ ਰਿਹਾ ਹੁਣ ਮੋਦੀ ਤੋਂ ਬਾਅਦ, ਉਹਨੂੰ ਲਿਆਉਣ ਦੀ ਬਿਉਂਤਬਾਜ਼ੀ ਹੋ ਰਹੀ ਹੈ ਜਿਹੜਾ ਯੋਗੀ, ਹਾਂਜੀ ਯੋਗੀ ਨੂੰ, ਤੇ ਉਹ RSS ਦੀ ਖੇਡ ਸਾਰੀ ਚੱਲ ਰਹੀ ਆ, ਤੇ ਬਹੁਤ ਕੁਛ ਆ। ਇਹ ਹੌਲੀ ਹੌਲੀ ਇਹ ਚਾਹੁੰਦੇ ਆ ਕਿ ਸਿੱਖ ਤੋਂ ਨਿਕਲ ਜਾਣ, ਪਰ ਐਂ ਹੁੰਦਾ ਨਹੀਂ ਜੀ, ਐਂ ਹੁੰਦਾ ਨਹੀਂ। ਪਰਮਾਤਮਾ ਇਹ ਕਦੇ ਹੋਣਾ ਨਹੀਂ, ਨਾ ਕਦੇ ਹੋਇਆ। ਵਾਹਿਗੁਰੂ ਦੇਖੋ ਨਹੀਂ ਹੋਏਗਾ, ਭਲੀ ਕਰੇ ਨਾ ਇੱਦਾਂ ਹੋਵੇ, ਬਹੁਤ ਵਧੀਆ। ਪਰ ਹੁਣ ਨਿਆਣੇ ਕਰਨ ਕੀ, ਮਜਬੂਰੀ ਦੇ ਬਸ ਆਉਂਦੇ। ਹਾਂਜੀ ਹਾਂਜੀ, ਚਲੋ ਨੌਕਰੀਆਂ। ਹਾਂਜੀ ਹਾਂਜੀ, ਚਲੋ ਮਿਹਰਬਾਨੀ ਜੀ ਬਹੁਤ ਤੁਹਾਡੀ ਸੰਦਰ ਸਾਹਿਬ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ ਜੀ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਪੰਜਾਬ ਨੂੰ ਨਹੀਂ ਕੁਛ ਹੁੰਦਾ, ਪੰਜਾਬ ਤਾਂ ਉੱਦਾਂ ਹੀ ਰਹੇਗਾ। ਥੋੜ੍ਹਾ ਚੇਂਜ ਹੋ ਜਾਂਦਾ ਦੇਖਣ ਵੇਖਣ ਨੂੰ, ਜਿਹੜਾ ਉਹਦਾ ਲੁੱਕ ਹੈਗੀ ਪੰਜਾਬ ਦੀ ਉਹ ਚੇਂਜ ਹੋ ਸਕਦੀ ਹੈ ਥੋੜ੍ਹਾ ਬਹੁਤ। ਅਦਰਵਾਈਜ਼ ਪੰਜਾਬ ਨੂੰ ਪਹਿਲਾਂ ਬਹੁਤ ਕੋਸ਼ਿਸ਼ ਕੀਤੀ ਹੈ, ਹੁਣ ਵੀ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈਣ, ਮੇਰਾ ਨਹੀਂ ਖਿਆਲ ਕਿ ਪੰਜਾਬ ਨੂੰ ਕਿਸ ਤਰ੍ਹਾਂ ਦਾ ਕੋਈ ਉਸ ਤਰ੍ਹਾਂ ਨੁਕਸਾਨ ਹੋਏਗਾ ਜਿਹੜਾ ਸਾਨੂੰ ਲੱਗਦਾ ਹੈ। ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਫਿਰ ਹਾਜ਼ਰ ਹੋਵਾਂਗੇ, ਦੇਖਦੇ ਰਹੋ ਜਸ ਪੰਜਾਬੀ ਜੀ। ਪ੍ਰੋਗਰਾਮ ਦਾ ਸਮਾਂ ਤਕਰੀਬਨ ਖਤਮ ਹੈ, ਪਰ ਆਪਾਂ ਫਟਾਫਟ ਇੱਕ ਅੱਧੀ ਕਾਲ ਲੈ ਲੈਂਦੇ ਹਾਂ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ ਜੀ। ਰਾਜਕੁਮਾਰ ਜੀ, ਹਾਂਜੀ ਕੀ ਹਾਲ ਹੈ ਜੀ? ਬਹੁਤ ਕਿਰਪਾ ਜੀ ਕਿਰਪਾ, ਤੁਸੀਂ ਸੁਣਾਓ ਠੀਕ ਠਾਕ, ਕੀ ਕਹਿਣਾ ਚਾਹੁੰਦੇ ਜੀ? ਮੈਂ ਤੁਹਾਡੀ ਭਾਬੀ ਵੈਣ ਦਿਖਾ, ਮੈਂ ਦੇਖੋ ਪਿਆ ਜਿਹਾ ਭਰਾ ਕਿੰਨਾ ਸ਼ਰਾਰਤੀ ਸੀਗਾ। ਅੱਛਾ ਜੀ, ਕਿੰਨਾ ਕਿੱਦਾਂ ਦੀਆਂ ਸ਼ਰਾਰਤਾਂ ਕਰਦੇ ਸੀ। ਅੱਛਾ, ਕਿਹੜਾ ਕੀ ਖੋਟਾ ਜੀ? ਖੋਟਾ ਸਾਹਿਬ, ਆਹੋ ਦੇਖੋ ਜੀ, ਪੈਟਰੋਲ ਪਹੁੰਚਾਉਣ ਵਾਸਤੇ ਤਾਂ ਕੁਛ ਵੀ ਕਰ ਸਕਦੇ ਆ। ਰਾਜਕੁਮਾਰ ਜੀ, ਆਪਣਾ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਪੰਜਾਬ ਦਾ 10 ਸਾਲ ਬਾਅਦ ਕੀ ਮਾਹੌਲ ਹੋਊਗਾ, ਕਿਉਂਕਿ ਹਰ ਬੰਦਾ ਹੀ ਖੈਰ ਆਪਾਂ ਫਿਰ ਕਰਾਂਗੇ ਗੱਲ ਜੀ, ਪ੍ਰੋਗਰਾਮ ਦਾ ਸਮਾਂ ਖਤਮ। ਦੱਸਿਓ ਮੈਨੂੰ ਤੁਸੀਂ, ਠੀਕ ਹੈ ਜੀ, ਤੇ ਮੈਂ ਹੁਣ ਜੀ ਪ੍ਰੋਗਰਾਮ ਦਾ ਸਮਾਂ ਹੁਣ ਖਤਮ ਹੈ, ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਾਲ ਕਰਨ ਵਾਸਤੇ, ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰ ਰਹੇ। ਕਾਲਾਂ ਹੈਗੀਆਂ ਨੇ ਹੋਰ, ਇੱਕ ਅੱਧੀ ਹੋਰ ਵੀ ਆਈ ਹੈ, ਪਰ ਹੁਣ ਕਾਲ ਨਹੀਂ ਹੋਰ ਲੈ ਹੋਣੀ, ਕਿਉਂਕਿ ਸਮਾਂ ਅੱਗੇ ਆ ਗਿਆ। ਨਹੀਂ ਤਾਂ ਉਮੀਦ ਕਰਦਾ ਜੀ ਤੁਹਾਨੂੰ ਪ੍ਰੋਗਰਾਮ 'ਚ ਅੱਜ ਦਾ ਵਧੀਆ ਲੱਗਿਆ ਹੋਊਗਾ। ਫਿਰ ਵੀ ਆਪਾਂ ਜਿਹੜੀ ਗੱਲਬਾਤ ਕਰਦੇ ਹਾਂ, ਕੋਈ ਕੋਸ਼ਿਸ਼ ਇਹੀ ਹੁੰਦੀ ਹੈ ਵੀ ਚਲੋ ਹਾਂ ਕੁਛ ਹਲਕੇ ਫੁਲਕੇ ਅੰਦਾਜ਼ 'ਤੇ ਕੁਛ ਜਿਹੜੀ ਸੰਜੀਦਾ ਗੱਲ ਵੀ ਹੋ ਜਾਵੇ। ਉਮੀਦ ਕਰਦਾ ਅੱਜ ਦਾ ਪ੍ਰੋਗਰਾਮ ਤੁਹਾਨੂੰ ਵਧੀਆ ਲੱਗਿਆ ਹੋਏਗਾ। ਈਮੇਲ ਕਰ ਸਕਦੇ ਹੋ jaggi@justbroadcasting.com ਜਾਂ ਫਿਰ info@justbroadcasting.com। ਫੇਸਬੁੱਕ, ਟਵਿੱਟਰ ਤੋਂ ਇਲਾਵਾ ਵਟਸਐਪ ਨੰਬਰ ਨਾਲ ਨਾਲ ਮੇਰਾ ਸੈੱਲ ਨੰਬਰ ਸਭ ਕੋਲ ਹੈਗਾ, 209-450-3362, ਕਿਤੇ ਵੀ ਸੰਪਰਕ ਕਰ ਸਕਦੇ ਹੋ। ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ,
खुश रहो, खुश रखो, रब रखा, जीवे पंजाब, जीवे पंजाबी, नानक नाम, चढ़दी कला, तेरे भाणे सरबत दा भला।